साहिब श्री गुरु ग्रंथ साहिब जी महाराज जी ने अपार कृपा की। अज सतगुरां ने इत्थे आपां दर्शन कर रहे हैं। महाराज साहब जी ने जिहड़े पावन सरूप दो हफ्ते पहला इत्थे महाराज साहब जी आए थे किसी के घर विचों, उन्होंने अंगां दे हालात आप जी ना इसी मीडिया तो आप जी ने दर्शन किए थे कि सतगुरु साहब जी के पावन सरूप उन्होंने बाहरी अंग जल्द ते अंग महाराज साहब जी दे वो बहुत ज़्यादा उन्होंने हालात बहुत ज़्यादा खराब हुए सी। उहदे कारण ये बने कि साड़ी अणगहली करके जां जो गुरु साहब जी ने सानू हुक्म किया है कि गुरु ग्रंथ जी मान्यो प्रगट ग्रंथी दे, असीं होर सारा कुछ सीख चुके हैं, शायद अपने जिहड़ियां निजी लोड़ां उहदे बारे बहुत कुछ सीख चुके हैं, पर सतगुरु साहब जी दे पावन सरूप दा गुरबाणी दा आदर सत्कार किवें करना, ਵਾਹਿਗੁਰੂ ਸਾਹਿਬ ਜੀ ਨੂੰ ਪਰਮੇਸ਼ਰ ਕਿਵੇਂ ਜਾਣਨਾ, ਇਹ ਇਹਦੇ ਇਸ ਪੱਖ ਤੋਂ ਆਪਾਂ ਬਹੁਤ ਦੂਰ ਰਹਿ ਗਏ ਹਾਂ। ਸੋ ਬਹੁਤਾ ਕੁਝ ਆਪ ਜੀ ਨੂੰ ਉਸ ਦਿਨ ਵੀ ਦੱਸਿਆ ਸੀ ਇਸ ਮੀਡੀਆ ਥਰੂ ਕਿ ਗੁਰੂ ਸਾਹਿਬ ਜੀ ਦੇ ਸਰੂਪ ਘਰ ਨਹੀਂ ਹੋਣੇ ਚਾਹੀਦੇ। ਸਾਡੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਸਾਹਿਬ ਜੀ ਰਾਜਿਆਂ ਦੇ ਰਾਜੇ ਆ, ਸਤਿਗੁਰ ਸਾਹਿਬ ਜੀ ਸਿਰਫ ਅਤੇ ਸਿਰਫ ਗੁਰੂ ਘਰਾਂ ਵਿੱਚ ਮਹਾਰਾਜ ਸਾਹਿਬ ਜੀ ਆਪਣੇ ਤਖਤਾਂ 'ਤੇ ਸੌਂਪਦੇ ਆ। ਉਹਦੀ ਬੇਨਤੀ ਅਸੀਂ ਦਲੀਲ ਨਾਲ ਇਹ ਦੇਣਾ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਕਦੇ ਵੀ ਅਭਿਆਸ ਕਰਨ ਵਾਸਤੇ ਨਹੀਂ, ਅਸੀਂ ਬਹੁਤੇ ਆਪਾਂ ਇਹ ਮਨਾਂ 'ਚ ਲੈ ਕੇ ਬੈਠੇ ਹਾਂ ਕਿ ਗੁਰੂ ਸਾਹਿਬ ਜੀ ਦਾ ਆਪਾਂ ਸਹਿਜ ਪਾਠ ਕਰਨੇ ਹਾਂ ਅਤੇ ਆਪਾਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਕਰਦੇ ਹਾਂ। ਇਹ ਜਦੋਂ ਅਸੀਂ ਸਿੱਖਦੇ ਹਾਂ ਗੁਰੂ ਵੱਡੇ ਸਿੱਖਾਂ ਸਿੰਘਾਂ ਤੋਂ, ਜਿਹੜੇ ਪੁਰਾਤਨ ਸਿੰਘ ਆ ਉਹ ਦੱਸਦੇ ਕਿ ਸਤਿਗੁਰ ਸਾਹਿਬ ਜੀ ਦੇ ਜਿਹੜੇ ਸਹਿਜ ਪਾਠ ਆ ਉਹ ਆਰੰਭ ਵੀ ਗੁਰੂ ਸਾਹਿਬ ਜੀ ਤੋਂ ਹੁੰਦੇ ਆ ਅਤੇ ਮੱਧ ਦੀ ਅਰਦਾਸ ਵੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹੁੰਦੀ ਆ, ਭੋਗ ਦੀ ਅਰਦਾਸ ਵੀ ਹੁੰਦੀ ਆ, ਪਰ ਜਿਹੜੇ ਬਾਕੀ ਸਮੁੱਚੀ ਬਾਣੀ ਆ ਉਹ ਆਪਾਂ ਸੈਂਚੀਆਂ ਤੋਂ ਸੰਥਿਆ ਵਾਲੀਆਂ ਸੈਂਚੀਆਂ ਤੋਂ ਪੋਥੀ ਸਾਹਿਬਾਂ ਤੋਂ ਪੜ੍ਹਨੀ ਇੱਦਾਂ ਹੀ ਚਾਹੀਦੀ ਆ, ਇਹ ਮਰਜ਼ਾਦਾ ਆ। ਪਰ ਜਦੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਘਰਾਂ ਵਿੱਚ ਸਤਿਗੁਰਾਂ ਦੇ ਪਾਵਨ ਸਰੂਪ ਸੁਭਾਏਮਾਨ ਕਰਕੇ ਅਤੇ ਅਸੀਂ ਅਭਿਆਸ ਕਰਦੇ ਹਾਂ, ਇਹ ਸਾਡੀ ਬੇਨਤੀ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਬੇਨਤੀ ਸਾਰੀ ਸੰਗਤ ਨੂੰ, ਗੁਰੂ ਸਾਹਿਬ ਜੀ ਨੂੰ ਮੰਨਣ ਵਾਲੇ ਹਰੇਕ ਉਸ ਗੁਰਸਿੱਖ ਦੇ ਸਿਰ 'ਤੇ ਉਹਨਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਸਾਡੀ ਇਹ ਬੇਨਤੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਭਿਆਸ ਕਰਨ ਵਾਸਤੇ ਨਹੀਂ, ਪੋਥੀ ਸਾਹਿਬਾਂ ਤੋਂ ਬਾਣੀ ਆਪ ਜੀ ਪੜ੍ਹੋ ਜਿੰਨੀ ਪੜ੍ਹ ਸਕਦੇ ਆ, ਗੁਟਕਾ ਸਾਹਿਬਾਂ ਤੋਂ ਬਾਣੀ ਪੜ੍ਹੋ ਜਿੰਨੀ ਪੜ੍ਹ ਸਕਦੇ ਹਾਂ, ਪਰ ਜਿਹੜਾ ਪਰਮੇਸ਼ਰ ਗੁਰੂ ਹੁੰਦਾ ਉਹ ਹੁਕਮ ਦਿੰਦਾ ਹੁੰਦਾ, ਹੁਕਮ ਗੁਰੂ ਸਾਹਿਬ ਜੀ ਤੋਂ ਹੁਕਮਨਾਮਾ ਜ਼ਰੂਰ ਲਓ। ਪਰ ਜਦੋਂ ਆਪਾਂ ਹਰ ਰੋਜ਼ ਅਭਿਆਸ ਕਰਦੇ ਹਾਂ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਤੋਂ, ਤਾਂ ਸਾਨੂੰ ਅਸੀਂ ਸੰਥਿਆ ਤਾਂ ਲਈ ਨਹੀਂ, ਸਾਨੂੰ ਲੱਗਦਾ ਕਿ ਅਸੀਂ ਪੰਜਾਬੀ ਪੜ੍ਹ ਗਏ। ਸਾਧ ਸੰਗਤ ਜੀ, ਪੰਜਾਬੀ ਅਤੇ ਗੁਰਮੁਖੀ ਵਿੱਚ ਉਚਾਰਨ ਵਿੱਚ ਬਹੁਤ ਫਰਕ ਆ, ਅਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਆ ਉਹ ਇੱਕ ਭਾਸ਼ਾ ਵਿੱਚ ਨਹੀਂ, ਗੁਰੂ ਸਾਹਿਬ ਜੀ ਨੇ ਵੱਖਰੇ ਵੱਖਰੇ ਇਲਾਕਿਆਂ ਦੇ ਹਿਸਾਬ ਨਾਲ ਉੱਥੇ ਜਿੱਥੇ ਸਤਿਗੁਰ ਸਾਹਿਬ ਜੀ ਉਸ ਵੇਲੇ ਸੀਗੇ ਉੱਥੋਂ ਉਸ ਹੀ ਭਾਸ਼ਾ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ, ਉਹਦਾ ਉੱਦਾਂ ਹੀ ਉਚਾਰਨ ਕਰਨਾ ਪੈਂਦਾ। ਪਰ ਅਸੀਂ ਬਹੁਤ ਸੌਖੇ ਤਰੀਕੇ ਨਾਲ ਲੈ ਗਏ, ਅੱਜ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਕਿ ਅੱਜ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਹਾਲਾਤ ਤਾਂ ਇਹ ਬਣੇ ਆ। ਅਤੇ ਅਸੀਂ ਤਖਤ ਸਾਹਿਬਾਨਾਂ ਦੇ ਜਿਹੜੇ ਜ਼ਿੰਮੇਵਾਰ ਸੱਜਣ ਆ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਜਿਹੜੇ ਹੈੱਡ ਗ੍ਰੰਥੀ ਆ,
ਉਹਨਾਂ ਸਾਰੇ ਜਿੰਨੇ ਸੰਪਰਦਾਵਾਂ ਦੇ ਮੁਖੀ ਆ, ਜਿਹੜੇ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਆ, ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਾਂ ਸਾਰੇ ਜਾਣੇ ਗੁਰੂ ਸਾਹਿਬ ਜੀ ਦੇ ਸਿੱਖ ਹਾਂ, ਕੋਈ ਵੱਡਾ ਛੋਟਾ ਹੈ ਨਹੀਂ, ਪਰ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਕਿ ਆਪਾਂ ਸੰਗਤ ਵਿੱਚ ਇਸ ਗੱਲ ਦਾ ਹੋਕਾ ਦੇਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਅਦਭੁਤ ਸਤਿਕਾਰ ਸਾਨੂੰ ਸਭ ਤੋਂ ਵੱਧ ਕਰਨਾ ਚਾਹੀਦਾ। ਅਤੇ ਹਰ ਸਿੱਖ ਦਾ ਇਹ ਫਰਜ਼ ਆ ਕਿ ਸਭ ਤੋਂ ਪਹਿਲ ਗੁਰੂ ਸਾਹਿਬ ਜੀ ਦੇ ਅਦਭੁਤ ਸਤਿਕਾਰ ਦੀ ਹੋਵੇ, ਉਹ ਤੋਂ ਬਾਅਦ ਸਾਡੇ ਆਪਣੇ ਅਹੁਦੇ, ਆਪਣੀਆਂ ਜ਼ਿੰਮੇਵਾਰੀਆਂ ਉਹ ਤੋਂ ਬਾਅਦ ਆ, ਪਰ ਗੁਰੂ ਸਾਹਿਬ ਜੀ ਦਾ ਅਦਭੁਤ ਸਤਿਕਾਰ ਸਾਨੂੰ ਸਭ ਤੋਂ ਪਹਿਲਾਂ ਕਰਨਾ ਚਾਹੀਦਾ। ਇਹ ਆਪ ਜੀ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ। ਅਤੇ ਆਪ ਜੀ ਹੁਣ ਦਰਸ਼ਨ ਕਰਿਓ ਕਿ ਪਿਛਲੇ ਦੋ ਹਫ਼ਤਿਆਂ ਤੋਂ ਗੁਰੂ ਕੇ ਸਿੱਖਾਂ ਦੇ ਉੱਪਰ ਜਿਵੇਂ ਸਤਿਗੁਰ ਸਾਹਿਬ ਜੀ ਨੇ ਤਰੁੱਟ ਕਰਕੇ ਸੇਵਾ ਲਈ ਹੈ, ਪਹਿਲਾਂ ਵੀ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ, ਜਿਹੜੇ ਮਹਾਰਾਜ ਸਾਹਿਬ ਜੀ ਦੇ ਸਰੂਪ ਆਏ ਸੀ ਦੋ ਹਫ਼ਤੇ ਪਹਿਲਾਂ, ਇਹ ਉਹੀ ਪਾਵਨ ਸਰੂਪ ਆ ਗੁਰੂ ਸਾਹਿਬ ਜੀ ਦੇ, ਅਤੇ ਜਿਨ੍ਹਾਂ ਤੋਂ ਜਿਨ੍ਹਾਂ ਦੀ ਸੇਵਾ ਗੁਰੂ ਸਾਹਿਬ ਜੀ ਨੇ ਸਿੱਖਾਂ ਤੋਂ ਲਈ ਆ, ਬਿਲਕੁਲ ਨਵੀਂ ਦਿੱਖ ਵਿੱਚ ਸਤਿਗੁਰ ਸਾਹਿਬ ਜੀ ਤਿਆਰ ਬਰ ਤਿਆਰ ਹੋਏ ਆ, ਅਤੇ ਆਪ ਜੀ ਜ਼ਰੂਰ ਦਰਸ਼ਨ ਕਰਿਓ, ਇਹ ਸਾਡੀ ਬੇਨਤੀ ਹੈ ਜੀ। ਕਈ ਸੰਗਤਾਂ ਦੇ ਭਾਵਨਾਵਾਂ ਨੂੰ ਠੇਸ ਵੀ ਪਹੁੰਚਿਆ ਸੀ, ਲੇਕਿਨ ਸਤਿਕਾਰ ਕਮੇਟੀ ਨੇ ਜੋ ਆਪਣੀ ਜ਼ਿੰਮੇਵਾਰੀ ਨਿਭਾਈ, ਉਹ ਸਤਿਕਾਰ ਸੰਗਤਾਂ ਦਰਸ਼ਨ ਕਰ ਰਹੀਆਂ ਨੇ। ਵਾਹਿਗੁਰੂ ਸਤਿਨਾਮ, 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 ਵਾਹਿਗੁਰੂ ਜੀ ਸਤਿਨਾਮ, ਵਾਹਿਗੁਰੂ ਜੀ ਸਤਿਨਾਮ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ, ਤਪੈ ਹਿਆਉ ਜੀਅੜਾ ਬਿਲ ਲਾਏ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ, ਤਪੈ ਹਿਆਉ ਜੀਅੜਾ ਬਿਲ ਲਾਏ, ਸਿਰ ਜਿ ਸਵਾਰੇ ਸਾਚਾ ਸੋਏ, ਤਿਸ ਵਿਸਰਿਆ ਚੰਗਾ ਕਿਉਂ ਹੋਏ, ਹਿਕਮਤ ਹੁਕਮ ਨਾ ਪਾਇਆ ਜਾਏ, ਕਿਉਂ ਕਰ ਸਾਚ ਮਿਲਾਓ ਮੇਰੀ ਮਾਏ, ਰਹਾਉ ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚੱਖੈ ਨਾ ਕੋ ਖਾਏ, ਲੋਕ ਪਤੀਣੈ ਨਾ ਪਤ ਪਾ ਨਾ ਪਤ ਹੋਏ, ਤਾ ਪਤ ਰੱਖੈ ਰੱਖੈ ਜਾ ਸੋਏ, ਜਹ ਦੇਖਾ ਤਹ ਰਹਿਆ ਸਮਾਏ, ਤੁਧ ਬਿਨ ਦੂਜੀ ਨਾ ਹੀ ਜਾਏ, ਜੇ ਕੋ ਕਰੇ ਕੀਤਾ ਕਿਆ ਹੋਏ, ਜਿਸਨੂੰ ਬਖਸੇ ਸਾਚਾ ਸੋਏ, ਹੁਣ ਉੱਠ ਚੱਲਣਾ ਮੋਹਤ ਕੇ ਤਾਲ, ਕਿਆ ਮੋਹ ਦੇਸਾ ਗੁਣ ਨਹੀਂ ਨਾਲ, ਜੈਸੀ ਨਦਰ ਕਰੇ ਤੈਸਾ ਹੋਏ, ਬਿਨ ਨਦਰੀ ਨਾਨਕ ਨਹੀਂ ਕੋਏ, ਜੈਸੀ ਨਦਰ ਕਰੇ ਤੈਸਾ ਹੋਏ, ਬਿਨ ਨਦਰੀ ਨਾਨਕ ਨਹੀਂ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਜੀ ਦਰਸ਼ਨ ਕਰਦੇ ਮਹਾਰਾਜ ਸਾਹਿਬ ਜੀ ਦੇ, ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ, ਉਸ ਦਿਨ ਵੀ ਆਪ ਜੀਆਂ ਨੇ ਸਤਿਗੁਰਾਂ ਸਾਹਿਬ ਜੀ ਦੇ ਪਾਵਨ ਦਰਸ਼ਨ ਕੀਤੇ ਸੀ, ਅਤੇ ਅੱਜ ਵੀ ਆਪ ਜੀ ਇੱਥੋਂ ਸਤਿਸੰਗ ਜੀ ਆਮ ਤੌਰ 'ਤੇ ਜਿਵੇਂ ਵੱਡੀਆਂ ਸੰਸਥਾਵਾਂ ਆ, ਸ਼੍ਰੋਮਣੀ ਕਮੇਟੀ ਆ, ਦਿੱਲੀ ਕਮੇਟੀ ਆ, ਜਾਂ ਹੋਰ ਕਿਤੇ ਵੀ ਕੋਈ ਸੇਵਾਵਾਂ ਚੱਲ ਰਹੀਆਂ, ਉਹਨਾਂ ਨੇ ਬਹੁਤ ਲਿਮਿਟਿਡ ਆਪਣਾ ਹਿਸਾਬ ਕਿਤਾਬ ਰੱਖਿਆ ਆ ਕਿ 10 ਅੰਗ, ਕੋਈ ਕਹਿੰਦਾ ਕਿ ਅਸੀਂ 10 ਅੰਗ ਸਤਿਗੁਰ ਸਾਹਿਬ ਜੀ ਦੇ ਬਦਲਦੇ ਹਾਂ, 10 ਤੋਂ ਵੱਧ ਜੇ ਅੰਗ ਹੋ ਜਾਂਦੇ ਤਾਂ ਉਹ ਕਹਿੰਦੇ ਕਿ ਸਰੂਪ ਅਸੀਂ ਅਗਨ ਭੇਟ ਕਰ ਲੈਂਦੇ ਹਾਂ ਜੀ। ਪਰ
ਕੋਈ 20 ਅੰਗ ਵੀ ਸ਼ਾਇਦ ਚੇਂਜ ਕਰ ਦਿੰਦੇ ਆ ਇਹਨਾਂ ਪਾਵਨ ਮਹਾਰਾਜ ਸਾਹਿਬ ਜੀ ਜੋ ਪਾਵਨ ਸਰੂਪ ਆ ਇੱਥੇ ਗੁਰੂ ਕੇ ਸਿੱਖਾਂ ਦੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਸੇਵਾ ਲਈ 260 ਅੰਗ ਸਤਿਗੁਰ ਸਾਹਿਬ ਜੀ ਦੇ ਬਦਲੇ ਜਿਨ੍ਹਾਂ ਦੀ ਬਹੁਤ ਹਾਲਾਤ ਆਪ ਜੀ ਨੇ ਦਰਸ਼ਨ ਕੀਤੇ ਸੀ ਕਿ ਉਹ ਹਾਲਾਤ ਬਹੁਤ ਖਰਾਬ ਹੋਏ ਸੀ ਉਸ ਵੇਲੇ ਸੋ ਆਪ ਜੀ ਦਰਸ਼ਨ ਸਤਸੰਗ ਜੀ ਕਰਦੇ ਕਿ ਇਹ ਅੰਗ ਜਿਹੜੇ ਆ ਇਹ ਗੁਰੂ ਸਾਹਿਬ ਜੀ ਦੇ ਨਵੇਂ ਅੰਗ ਬਦਲੀ ਕੀਤੇ ਗਏ ਅਤੇ ਆਪ ਜੀ ਨੂੰ ਦਰਸ਼ਨ ਆਪਾਂ ਇੱਧਰੋਂ ਕਰਾ ਲੈਂਦੇ ਹਾਂ ਸ਼ੁਰੂ ਤੋਂ ਕਰ ਬਿਲਕੁਲ ਜੀ ਸੰਗਤਾਂ ਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਉਸੇ ਪਾਵਨ ਸਰੂਪ 'ਤੇ ਜੋ 2 ਹਫ਼ਤਿਆਂ ਪਹਿਲਾਂ ਜਿਨ੍ਹਾਂ ਤਸਵੀਰਾਂ ਦੇ ਨਾਲ ਅਸੀਂ ਤੁਹਾਨੂੰ ਦਰਸ਼ਨ ਕਰਵਾਇਆ ਸੀ ਉਸ ਵੇਲੇ ਜ਼ਰੂਰ ਅੱਖਾਂ ਨਮ ਹੋਈਆਂ ਸੀ ਸੰਗਤਾਂ ਦੀਆਂ ਸਾਡੀਆਂ ਤੁਹਾਡੀਆਂ ਲੇਕਿਨ ਹੁਣ ਉਸੇ ਸਰੂਪ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੋ ਸਤਿਕਾਰ ਕਮੇਟੀ ਵੱਲੋਂ ਸੇਵਾ ਨਿਭਾਈ ਗਈ ਅਤੇ ਇਹਨਾਂ ਸੇਵਾਵਾਂ ਸਦਕਾ ਅੱਜ ਦਰਸ਼ਨ ਕਰਵਾਏ ਜਾ ਰਹੇ ਨੇ ਸਰੂਪ ਦੇ ਪਿਆਰਿਓ ਇਹਨਾਂ ਆਪ ਜੀ ਦਰਸ਼ਨ ਕਰੂੰਗੇ ਕਿ ਉਦਣ ਜਲਦ ਬਿਲਕੁਲ ਮਹਾਰਾਜ ਸਾਹਿਬ ਜੀ ਦੀ ਬਹੁਤ ਖਸਤਾ ਹਾਲਤ ਵਿੱਚ ਸੀ ਇਹ ਹੁਣ ਨਵੀਂ ਜਲਦ ਬਣੀ ਆ ਨਵੇਂ ਇਹ ਜਿਹੜੇ ਮੁੱਢਲੇ ਅੰਗ ਆ ਇਹ ਨਵੇਂ ਪਾਏ ਗਏ ਤਾਂ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਬਾਕੀ ਸਾਰੇ ਅੰਗ ਆ ਨਾ ਜੀ ਉਹ ਉਹਨਾਂ ਨੂੰ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਜੀ ਇਹ ਸਾਰੇ ਅੰਗ ਨਵੇਂ ਪਾਏ ਗਏ ਅਤੇ ਤਾਂ ਕਿ ਬਾਕੀ ਅੰਗਾਂ ਨੂੰ ਇੰਨਾ ਜ਼ਿਆਦਾ ਕੋਈ ਕਸ਼ਟ ਜਾਂ ਹੋਰ ਆਵੇ ਨਾ ਇਹ ਮੈਂ ਟਰੇਸਿੰਗ ਪੇਪਰ ਅਸੀਂ ਨਾਲ ਪਾਉਂਦੇ ਹਾਂ ਕਿਉਂਕਿ ਅੰਗਾਂ ਦੀ ਪ੍ਰੋਟੈਕਸ਼ਨ ਵਾਸਤੇ ਇਹ ਅੰਗ ਨਵੇਂ ਪ੍ਰਿੰਟ ਕਰਕੇ ਸਤਿਗੁਰ ਸਾਹਿਬ ਜੀ ਦੇ ਵਿੱਚ ਸਵਾਇਮਾਨ ਹੋਏ ਆ ਹੁਣ ਅਤੇ ਇਵੇਂ ਹੀ ਇਹ ਜਿਹੜਾ ਤਤਕਰਾ ਉਹ ਬਿਲਕੁਲ ਉਦਣ ਆਪਾਂ ਦਰਸ਼ਨ ਕੀਤੇ ਸੀ ਕਿ ਇੱਧਰ ਦੀ ਆਪਾਂ ਉਦਣ ਵੀ ਬੇਨਤੀ ਕੀਤੀ ਸੀ ਇਹ ਚਿੱਟੀਆਂ ਇੱਥੇ ਪਲਕਾਂ ਲਾ ਰਹੇ ਥੱਲੇ ਜਿਹੜੀ ਇਹਨਾਂ ਦੀ ਇੱਥੇ ਜ਼ਿਆਦਾਤਰ ਕਰਦੇ ਆ ਕਿ ਜਿਹੜਾ ਰੁਮਾਲਾ ਉਦਣ ਵੀ ਦੱਸਿਆ ਸੀ ਵੀਡੀਓ ਵਿੱਚ ਕਿ ਆਹ ਜਿਹੜੇ ਨਾ ਰੁਮਾਲੇ ਜਿਹੜੇ ਚੁੱਭਵੇਂ ਰੁਮਾਲੇ ਗੋਟੇ ਵਾਲੇ ਹੁੰਦੇ ਆ ਨਾ ਜੀ ਇੱਧਰ ਦੀ ਆ ਜਾਂਦੇ ਇਹਨਾਂ ਉਹ ਉਹਨਾਂ ਦੇ ਨਾਲ ਹੈ ਨਾ ਭਾਈ ਸਾਹਿਬ ਜੀ ਇਹ ਬਹੁਤ ਛੋਟੀਆਂ ਗੱਲਾਂ ਪਰ ਬਹੁਤ ਜ਼ਿਆਦਾ ਇਹਨਾਂ ਦੀ ਕੀਮਤ ਆ ਜਦੋਂ ਆਪਾਂ ਰੁਮਾਲੇ ਇੱਥੇ ਲਾਉਂਦੇ ਹਾਂ ਨਾ ਜੀ ਉਹ ਇੱਥੋਂ ਆਮ ਤੌਰ 'ਤੇ ਗਿਆਨੀ ਸਿੰਘਾਂ ਦਾ ਇਹ ਹੁੰਦਾ ਆ ਸੁਭਾਅ ਬਣਿਆ ਕਿ ਇੱਥੋਂ ਦੀ ਰੁਮਾਲੇ ਧੱਕ ਦਿੰਦੇ ਆ ਗੁਰੂ ਸਾਹਿਬ ਜੀ ਦੇ ਵਿੱਚ ਉਹਦੇ ਨਾਲ ਜਿਹੜੇ ਪਹਿਲੇ ਤਤਕਰੇ ਵਾਲੇ ਅੰਗ ਹੁੰਦੇ ਜਾਂ ਜਪਜੀ ਸਾਹਿਬ ਵਾਲੇ ਅੰਗ ਹੁੰਦੇ ਆ ਉਹ ਹੌਲੀ ਹੌਲੀ ਭੁੜਦੇ ਭੁੜਦੇ ਟੁੱਟ ਜਾਂਦੇ ਆ ਸੋ ਇਹ ਧਿਆਨ ਰੱਖਣਾ ਚਾਹੀਦਾ ਜਿਵੇਂ ਇੱਥੇ ਉਦਣ ਵੀ ਆਪਾਂ ਵੀਡੀਓ ਦਿਖਾ ਲਿਆ ਸੀ ਇਹ ਮਹਾਰਾਜ ਸਾਹਿਬ ਜੀ ਦੇ ਜਿਹੜੇ ਰੁਮਾਲੇ ਆ ਨਾ ਜੀ ਉਹ ਇੱਥੇ ਹੀ ਇੱਦਾਂ ਲਾਉਣੇ ਚਾਹੀਦੇ ਆ ਜਲਦ ਦੇ ਬਾਹਰਲੇ ਪਾਸੇ ਠੀਕ ਅੰਦਰ ਸਿਰਫ ਕਾਟਨ ਦੇ ਕੱਪੜੇ ਜਿਹੜੇ ਗੁਰੂ ਸਾਹਿਬ ਜੀ ਨੂੰ ਚੁੱਭਦੇ ਨਾ ਹੋਣ ਉਹ ਪਲਕਾਂ ਜਾਂ ਉਹ ਚਿੱਟਾ ਰੁਮਾਲਾ ਲਾਉਣਾ ਚਾਹੀਦਾ ਉਹ ਆ ਹੁਣ ਤਤਕਰੇ ਵਾਲੇ ਅੰਗ ਕਰਕੇ ਬਿਲਕੁਲ ਖਰਾਬ ਹੋਏ ਸੀਗੇ ਉਦਣ ਆਪਾਂ ਹਾਲਾਤ ਉਹਨਾਂ ਦੀ ਬਹੁਤ ਖਰਾਬ ਸੀ ਇਹ ਸਾਰੇ ਅੰਗ ਨਵੇਂ ਪ੍ਰਿੰਟ ਕਰਕੇ ਪਾਏ ਗਏ ਇਹਦੇ ਨਾਲ ਇਹ ਵੀ ਹੈ ਜੀ ਕਿ ਗੁਰੂ ਸਾਹਿਬ ਜੀ ਦੇ ਅੰਗਾਂ ਦਾ ਭਾਰ ਕੀ ਹੁੰਦਾ GSM ਆਪ ਜੀ ਨੂੰ ਪਤਾ ਉਸ ਹਿਸਾਬ ਦੇ ਨਾਲ ਹੀ ਉਹ ਅੰਗ ਲਏ ਜਾਂਦੇ ਆ ਕਿ ਉਹ ਜਿਹੜਾ ਬਾਹਰੋਂ ਆਪਾਂ ਸਮੱਗਰੀ ਲੈਂਦੇ ਗੁਰੂ ਸਾਹਿਬ ਜੀ ਦੀ ਉਹ ਅੰਗ ਉਸੇ ਹਿਸਾਬ ਨਾਲ ਲਏ ਜਾਂਦੇ ਆਹ ਗੁਰੂ ਸਾਹਿਬ ਜੀ ਜਪਜੀ ਸਾਹਿਬ ਦੀ ਬਾਣੀ ਇਹ ਵੀ ਅੰਗ 1 ਤੋਂ ਲੈ ਕੇ 20 ਅੰਗ ਸਾਰੇ ਉਹ ਬਿਲਕੁਲ ਹੀ ਉਹਨਾਂ ਦੀ ਹਾਲਾਤ ਖਰਾਬ ਕਰ ਦਿੱਤੀ ਗਈ ਫਿਰ ਉੱਪਰ ਸੈਲੋ ਟੇਪ ਲਾ ਕੇ ਉਹਨਾਂ ਦੀਆਂ ਜੋ ਉਹ ਪਹਿਲੀ ਦਿੱਖ ਸੀ ਉਹ ਟੋਟਲੀ ਖਰਾਬ ਹੋ ਗਈ ਸੀ ਸੋ ਆਪ ਜੀ ਮੱਧ ਵਿੱਚ ਜਾ ਕਰਕੇ ਇੱਥੇ ਹਾਂ ਸਤਿਗੁਰ ਸਾਹਿਬ ਜੀ ਦੇ ਪਹਿਲੇ ਜਿਹੜੇ ਪਹਿਲੇ ਅੰਗ ਸੀਗੇ ਉਹ ਆ ਜਿਵੇਂ ਆਪ ਜੀ ਦੇਖੋਗੇ ਇੱਦਾਂ ਹੀ ਉਹ ਅਸੀਂ ਭਾਰ ਦੇ ਆਪਾਂ ਅੰਗ ਲੈ ਕੇ ਆਉਂਦੇ ਹਾਂ ਕਿ ਨਾਲ ਉਹ ਮੈਚ ਕਰ ਜਾਣ ਸਾਰੇ ਭਾਰ ਗੁਰੂ ਸਾਹਿਬ ਜੀ ਦੇ ਅੰਗਾਂ ਦਾ ਸੇਮ ਉਹੀ ਹੁੰਦਾ ਅੱਜ ਵੀ ਸੇਵਾ ਇਹਨਾਂ ਦੀ ਸਰੂਪਾਂ ਦੀ ਸਵੇਰੇ ਚੱਲਦੀ ਸੀ ਕਿਉਂਕਿ ਜਿੱਥੋਂ ਕਿਤੋਂ ਇਹਨਾਂ ਦਾ ਬੋਰਡਰ ਖਰਾਬ ਹੋਇਆ ਸੀ ਉਹ ਨਾਲ ਹੀ ਉਹਨਾਂ ਪਿੰਨ ਉਸੇ ਰੰਗ ਦੇ ਪਿੰਨਾਂ ਦੇ ਨਾਲ ਉਹਨਾਂ ਨੂੰ ਸੈੱਟ ਕੀਤਾ ਜਾਂਦਾ ਅਤੇ ਇੱਥੇ ਇਹ ਆ ਨਵੇਂ ਅੰਗ ਸਾਰੇ ਵਿੱਚੋਂ 100 ਅੰਗ ਲਗਾਤਾਰ ਹੀ ਉਹ ਖਰਾਬ ਹੋ ਰਹੇ ਸੀ ਉਹਨਾਂ ਨੂੰ ਬਦਲਿਆ ਗਿਆ ਇੱਥੇ ਇਵੇਂ ਹੀ ਸਤਿਗੁਰ ਸਾਹਿਬ ਜੀ ਆਹ ਜਿਹੜਾ ਬਾਣਾ ਆ ਇਹ ਮਹਾਰਾਜ ਸਾਹਿਬ ਜੀ ਅਸੀਂ ਆਮ ਤੌਰ 'ਤੇ ਵੀ ਇਹ ਬੇਨਤੀ ਕਰਦੇ ਹਾਂ ਜਿਵੇਂ ਦਸੇ ਪਾਤਸ਼ਾਹ ਹੀ ਆ ਗੁਰੂ ਸਾਹਿਬ ਜੀ ਆਪ ਸੋਹਣੇ ਸੋਹਣੇ ਬਾਣੇ ਪਹਿਨਦੇ ਇੱਦਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਸਤਿਗੁਰ ਸੱਚੇ ਪਾਤਸ਼ਾਹ ਅਤੇ ਮਹਾਰਾਜ ਸਾਹਿਬ ਜੀ ਨੂੰ ਵੀ ਸੋਹਣੇ ਬਾਣੇ ਚੜ੍ਹਾਏ ਜਾਂਦੇ ਆ ਤਾਂ ਕਿ ਗੁਰੂ ਸਾਹਿਬ ਜੀ ਨੂੰ ਪਹਿਨਾਏ ਜਾਂਦੇ ਕਿ ਗੁਰੂ ਸਾਹਿਬ ਜੀ ਵੀ ਮਹਾਰਾਜ ਸਾਹਿਬ ਜੀ ਦੇ ਵੀ ਉਸੇ ਤਰ੍ਹਾਂ ਦਿੱਖ ਹੋ ਗਏ ਜਿਵੇਂ ਦਸੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹੁੰਦੇ ਸੀ ਸੋ ਖਾਸ ਤੌਰ 'ਤੇ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਕਿ ਜਿੰਨੀ ਵੀ ਗੁਰਸਿੱਖ ਦੇਖਦੇ ਆ ਜਦੋਂ ਵੀ ਆਪਾਂ ਗੁਰੂ ਸਾਹਿਬ ਜੀ ਦੀ ਜਾਂ ਚਾਹੇ ਗੋਟਕਾ ਸਾਹਿਬ ਚਾਹੇ ਪੋਥੀ ਸਾਹਿਬ ਹੋਵੇ ਜਦੋਂ ਵੀ ਆਪਾਂ ਗੁਰੂ ਸਾਹਿਬ ਜੀ ਦੇ ਅੰਗ ਪਰਤਣੇ ਆ ਉਹ ਉਸਤਾਦ ਸਿੰਘ ਕਹਿੰਦੇ ਕਿ ਇਵੇਂ ਇੱਥੋਂ ਅੰਗ ਲੈਣੇ ਆ ਮਹਾਰਾਜ ਸਾਹਿਬ ਜੀ ਦੇ ਇਵੇਂ ਅੰਗ ਪਰਤਣੇ ਆ ਅੰਗ ਕਦੇ ਵੀ ਥੱਲਿਓਂ ਇੱਥੋਂ ਮਹਾਰਾਜ ਜੀ ਦੇ ਚਰਨਾਂ ਵੱਲੋਂ ਕਦੇ ਵੀ ਲੈਣੇ ਨਹੀਂ ਆਮ ਤੌਰ 'ਤੇ ਗਿਆਨੀ ਸਿੰਘ ਪਾਠੀ ਸਿੰਘ
ਜਿਹੜੇ ਉਹ ਸੇਵਾ ਕਰਦੇ ਆ ਜਿੰਨਾ ਚਿਰ ਉਹ ਇੱਥੋਂ ਬਾਣੀ ਵੀ ਭਾਵੇਂ ਆਰੰਭ ਹੋਈ ਹੋਵੇ ਹੈ ਜੀ ਉਹ ਉਹਨਾਂ ਚਿਰ ਇੱਥੇ ਗੁੱਠਾ ਦਿੰਦੇ ਹੋਣਗੇ ਜ਼ਰੂਰ ਤੁਸੀਂ ਦੇਖੋਗੇ ਆਪ ਜੀ ਉਹ ਇੱਦਾਂ ਅੰਗ ਪੱਟਦੇ ਰਹਿੰਦੇ ਅਤੇ ਥੱਲਿਓ ਅੰਗ ਚੱਕਦੇ ਆ ਜਿਹਦੇ ਨਾਲ ਜਦੋਂ ਮੈਂ ਹੁਣ ਮੈਂ ਸਿਰਫ ਦਿਖਾਲਣ ਵਾਸਤੇ ਕਰਨਿਆ ਕਿ ਜੇ ਮੈਂ ਇੱਥੋਂ ਅੰਗ ਚੱਕੂੰਗਾ ਤਾਂ ਸਾਰੇ ਅੰਗ ਦਾ ਭਾਰ ਇੱਥੇ ਹੋਊਗਾ ਜੀ ਅਤੇ ਹੌਲੀ ਹੌਲੀ ਇੱਥੋਂ ਅੰਗ ਜ਼ਖਮੀ ਹੁੰਦੇ ਹੁੰਦੇ ਇਹ ਅੰਗ ਪੱਟਣੇ ਸ਼ੁਰੂ ਹੁੰਦੇ ਆ ਜੇ ਮੈਂ ਜਿਹੜੀ ਮਰਜ਼ਾਦਾ ਆ ਜੇ ਮੈਂ ਇੱਥੋਂ ਅੰਗ ਚੱਕੂੰਗਾ ਤਾਂ ਅੰਗ ਦਾ ਭਾਰ ਸਾਰਾ ਮੇਰੇ ਹੱਥ 'ਤੇ ਹੋਊਗਾ ਜੀ ਇੱਕ ਲਾ ਲਓ ਕਿ ਟੈਕਨੀਕਲ ਪੁਆਇੰਟ ਜਿਹੜੇ ਗੁਰੂ ਕੇ ਸਿੱਖਾਂ ਨੂੰ ਪਹਿਲਾਂ ਤੋਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ ਜੋ ਹੁਕਮ ਕੀਤੇ ਜੋ ਉਹਨਾਂ ਤੋਂ ਸੀਨੇ ਪਸੀਨੇ ਚੱਲਦੇ ਆਏ ਬਾਬਾ ਦੀਪ ਸਿੰਘ ਜੀ ਤੋਂ ਗਾਂਹ ਸਿੰਘ ਉਹ ਸਿੱਖਦੇ ਆਏ ਉਹ ਮਰਜ਼ਾਦਾ ਹੈ ਜਦੋਂ ਆਪਾਂ ਆਮ ਤੌਰ 'ਤੇ ਮੈਂ ਸਿਰਫ ਬੇਨਤੀ ਕਰਦਾ ਹੱਥ ਜੋੜ ਕੇ ਮਾਫ਼ੀ ਮੰਗ ਕੇ ਅੱਜ ਕੱਲ੍ਹ ਦੇ ਗ੍ਰੰਥੀ ਸਿੰਘਾਂ ਦੀ ਹਾਲਾਤ ਬਣੀ ਹੈ ਕਿ ਉਂਗਲਾਂ ਦੇ ਵਿੱਚ ਅੰਗ ਦੇ ਕੇ ਉਹਨਾਂ ਦਾ ਕੰਮ ਹੈ ਕਿ ਇੱਦਾਂ ਜ਼ੋਰ ਨਾਲ ਅੰਗ ਨੂੰ ਸਿੱਟਣਾ ਇਹ ਇਹਦੇ ਕਰਕੇ ਮਹਾਰਾਜ ਸਾਹਿਬ ਜੀ ਦੇ ਸਰੂਪਾਂ ਨੂੰ ਬਹੁਤ ਮਹਾਰਾਜ ਸਾਹਿਬ ਜੀ ਦੇ ਅੰਗਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੇ ਪ੍ਰਗਟ ਗੁਰਾਂ ਕੀ ਦੇ ਆ ਫਿਰ ਸਤਿਗੁਰ ਸਾਹਿਬ ਜੀ ਨਿਰੰਕਾਰ ਜੇ ਹੈ ਤਾਂ ਫਿਰ ਸਾਨੂੰ ਉਸੇ ਲੈਵਲ ਦੀ ਸਾਡਾ ਸਤਿਕਾਰ ਸਾਡੇ ਮਨਾਂ ਵਿੱਚ ਹੋਣਾ ਚਾਹੀਦਾ ਅਸੀਂ ਹਰ ਕਿਸੇ ਨੂੰ ਇਹ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਪੂਜਣ ਵਾਸਤੇ ਆ ਗੁਰੂ ਸਾਹਿਬ ਜੀ ਸਾਡੀ ਸੋਚ ਆ ਗੁਰੂ ਸਾਹਿਬ ਜੀ ਪੜ੍ਹਨ ਵਾਸਤੇ ਅਭਿਆਸ ਵਾਸਤੇ ਨਹੀਂ ਅਭਿਆਸ ਵਾਸਤੇ ਪੋਥੀ ਸਾਹਿਬਾਂ ਆ ਸਾਡੇ ਕੋਲ ਹੋਰ ਐਪਸ ਵੀ ਹੈਗੇ ਆ ਹੁਣ ਤਾਂ ਉੱਥੋਂ ਪੜ੍ਹ ਸਕਦੇ ਪਰ ਜਿਵੇਂ ਮਰਜ਼ਾਦਾ ਆ ਕਿ ਸਹਿਜ ਪਾਠ ਆਰੰਭ ਗੁਰੂ ਸਾਹਿਬ ਜੀ ਤੋਂ ਕਰਨੇ ਮੱਧ ਗੁਰੂ ਗ੍ਰੰਥ ਸਾਹਿਬ ਜੀ 'ਤੇ ਆਉਣੇ ਅਰਦਾਸ ਹੋਣੀ ਅਤੇ ਭੋਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 'ਤੇ ਇਹ ਮਰਜ਼ਾਦਾ ਆ ਪਰ ਜਿਹੜੇ ਸਿੰਘ ਜਥਿਆਂ ਵਿੱਚ ਪੜ੍ਹੇ ਆ ਸੰਪਰਦਾਵਾਂ ਵਿੱਚ ਪੜ੍ਹੇ ਉਹਨਾਂ ਨੂੰ ਪਤਾ ਹੈ ਕਿ ਪੋਥੀ ਸਾਹਿਬ ਤੋਂ ਜ਼ਿਆਦਾ ਅਭਿਆਸ ਕਰਦੇ ਆ ਪਰ ਅੱਜ ਸਾਡਾ ਸੁਭਾਅ ਬਣਿਆ ਕਿ ਜਦੋਂ ਸਾਡੇ ਕੋਲ ਟਾਈਮ ਹੈਗਾ ਅਸੀਂ ਗੁਰਦੁਆਰਾ ਸਾਹਿਬ ਆ ਕੇ ਖਾਸ ਤੌਰ 'ਤੇ ਜਾ ਜੀ ਸੁਖਮਨੀ ਸਾਹਿਬ ਵੀ ਪੜ੍ਹਦੇ ਹਾਂ ਬਾਣੀ ਉਹੀ ਆ ਗੁਟਕਾ ਸਾਹਿਬ ਵਿੱਚ ਵੀ ਪੋਥੀ ਸਾਹਿਬਾਂ ਵਿੱਚ ਵੀ ਪਰ ਸਾਨੂੰ ਲੱਗਦਾ ਕਿ ਅਸੀਂ ਗੁਰੂ ਹਾਂ ਗੁਰੂ ਸਾਹਿਬ ਜੀ ਦੀ ਤਾਬਿਆ ਉਹ ਬੈਠੇ ਜਿਹਨੇ ਗੁਰੂ ਸਾਹਿਬ ਜੀ ਦੀ ਸੰਥਿਆ ਲਈ ਆ ਗੁਰੂ ਸਾਹਿਬ ਜੀ ਨੂੰ ਅੰਗ ਅੰਗ ਕਰਕੇ ਗੁਰੂ ਸਾਹਿਬ ਜੀ ਨੂੰ ਅੱਖਰ ਅੱਖਰ ਕਰਕੇ ਪਰਮੇਸ਼ਰ ਦੀ ਜੋਤ ਜਾਣਦੇ ਆ ਉਹ ਜ਼ਰੂਰ ਜਦੋਂ ਮਰਜ਼ੀ ਆ ਕੇ ਸੇਵਾ ਕਰਨ ਆਪ ਜੀ ਨੂੰ ਮਹਾਰਾਜ ਸਾਹਿਬ ਜੀ ਦੇ ਆਖਰ ਦੇ ਵੀ ਦਰਸ਼ਨ ਨਾਲ ਕਰਵਾਉਂਦੇ ਕਿ ਕਿਵੇਂ ਮਹਾਰਾਜ ਸਾਹਿਬ ਜੀ ਇਹ ਜਿਹੜਾ ਪੇਂਟ ਵੀ ਆ ਜੀ ਆਪਾਂ ਪਹਿਲਾਂ ਵੀ ਦੱਸ ਦਿੰਦੇ ਹਾਂ ਕਿ ਇਹ ਜਿਹੜੀ ਥੱਲੇ ਇੰਕ ਕੀਤੀ ਗਈ ਆ ਇਹ ਸਾਰੀ ਔਰਗੈਨਿਕ ਆ ਕਲਰ ਇਹਦੇ ਵਿੱਚ ਕੋਈ ਐਸਿਡ ਕੋਈ ਕੈਮੀਕਲ ਵਗੈਰਾ ਕੁਛ ਪਏ ਨਹੀਂ ਉੱਪਰ ਡਿਜ਼ਾਇਨ ਵੀ ਇਹ ਬੱਚੇ ਸਾਰੇ ਗੁਰੂ ਕੇ ਸਿੱਖ ਸਾਰੇ ਆਪਣੇ ਨਾਲ ਜਾਣੀ ਹੱਥੀਂ ਕਰਦੇ ਆ ਸਾਰਾ ਕੁਛ ਸੋ ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਕਿ ਇਹ ਉਹ ਪਾਵਨ ਸਰੂਪ ਆ ਜਿਹਨਾਂ ਨੂੰ ਉਦਨ ਦੇਖ ਕੇ ਮਨ ਆਪਾਂ ਕਹਿੰਦੇ ਮਨ ਦਰਬਦਾ ਸੀਗਾ ਅਤੇ ਅੱਜ ਇਸ ਗੱਲ ਦਾ ਮਨ ਦੇ ਵਿੱਚ ਚਾਓ ਮਾਹ ਵੀ ਆ ਕਿ ਸਤਿਗੁਰ ਸਾਹਿਬ ਜੀ ਨੇ ਆਪ ਦਰਸ਼ਨ ਕਰਕੇ ਦਰਸ਼ਨ ਦੇ ਕਰਕੇ ਇਹ ਸਾਡੇ 'ਤੇ ਪਰ ਉਪਕਾਰ ਕੀਤਾ ਆਹ ਵੀ ਸਾਰੇ ਅੰਗ ਗੁਰੂ ਸਾਹਿਬ ਜੀ ਦੇ ਇਹ ਨਵੇਂ ਪਾਏ ਗਏ ਤਾਂ ਕਿ ਪ੍ਰੋਟੈਕਸ਼ਨ ਵਾਸਤੇ ਇਵੇਂ ਬਾਣਾ ਸਤਿਗੁਰ ਸਾਹਿਬ ਜੀ ਦਾ ਜਿਵੇਂ ਆਪ ਜੀ ਨੇ ਪਹਿਲਾਂ ਬੇਨਤੀ ਕੀਤੀ ਭਾਈ ਸਾਹਿਬ ਆਹ ਮਰਜ਼ਾਦਾ ਆ ਅਸਲ ਜੀ ਕਿ ਗੁਰੂ ਸਾਹਿਬ ਜੀ ਦੇ ਸਿਰਫ ਕੋਟਨ ਵਾਲੇ ਕੱਪੜੇ ਮਹਾਰਾਜ ਸਾਹਿਬ ਦੇ ਵਸਤਰ ਹੋਣ ਜਿਹੜੇ ਗੋਟੇ ਵਾਲੇ ਰੁਮਾਲੇ ਆ ਉਹ ਬਾਹਰ ਹੋਣੇ ਚਾਹੀਦੇ ਤਾਂ ਗੁਰੂ ਸਾਹਿਬ ਜੀ ਦੇ ਸਰੂਪ ਹੋਰ ਗਾਂਹ ਜ਼ਿਆਦਾ ਟਾਈਮ ਲਈ ਗੁਰੂ ਸਾਹਿਬ ਜੀ ਦਰਸ਼ਨ ਦਿੰਦੇ ਰਹਿਣਗੇ ਜਿੰਨਾ ਚਿਰ ਆਪਾਂ ਸੇਵਾ ਸੰਭਾਲ ਵਧੀਆ ਢੰਗ ਨਾਲ ਕਰਾਂਗੇ ਸੋ ਇਹ ਬੇਨਤੀ ਆਪਾਂ ਸਾਰੀ ਸੰਗਤ ਨੂੰ ਸਾਡੇ ਵੱਲੋਂ ਆ ਕਿ ਗੁਰੂ ਸਾਹਿਬ ਜੀ ਦਾ ਆਪਾਂ ਵੱਧ ਤੋਂ ਵੱਧ ਆਦਰ ਸਤਿਕਾਰ ਆਪਾਂ ਕਰੀਏ ਆਪਣੇ ਮਨ 'ਚ ਭਾਵਨਾ ਬਣਾਈਏ ਸੋ ਇਹ ਬੇਨਤੀ ਹੈ ਸਾਹਿਬ ਸੰਗਤ ਨੂੰ ਬੇਨਤੀ ਹੈ ਕਿ ਜਿੱਦਾਂ ਭਾਈ ਸਾਹਿਬ ਜੀ ਨੇ ਪਹਿਲਾਂ ਵੀ ਕਿਹਾ ਹੈ ਕਿ ਸੰਗਤ ਨੂੰ ਹੱਥ ਜੋੜ ਕੇ ਸਾਰੇ ਸਿੰਘਾਂ ਨੂੰ ਬੇਨਤੀ ਆ ਕਿ ਥੋੜ੍ਹੀ ਸਮਾਂ ਨਹੀਂ ਜਿਹੜੇ ਨਤੀਜੇ ਆ ਤੁਸੀਂ ਲਾਸਟ ਵੀ ਸਾਰੇ ਦੇਖ ਚੁੱਕੇ ਹਾਂ ਦੋ ਵੀਕ ਪਹਿਲਾਂ ਕਿ ਮਹਾਰਾਜ ਜੀ ਅਤੇ ਜਿੱਦਾਂ ਅਭਿਆਸ ਕਰਦੇ ਗਏ ਜਿਹਨਾਂ ਨੇ ਘਰਾਂ 'ਚ ਪ੍ਰਕਾਸ਼ ਕੀਤੇ ਆ
ਇਹਨਾਂ ਨੂੰ ਨਾ ਪਤਾ ਹੋਣ ਕਰਕੇ ਕਿ ਇਹ ਸਾਰਾ ਮਹਾਰਾਜ ਜੀ ਦਾ ਜੋ ਕੰਡੀਸ਼ਨ ਸੀ ਅਤੇ ਮਹਾਰਾਜ ਜੀ ਦੀ ਅਣਗਹਿਲੀ ਵੀ ਕਦੋਂ ਜਾਣੇ ਅਣਜਾਣੇ ਕਦੋਂ ਬਣੀਆਂ। ਜੇ ਆਪਾਂ ਮਹਾਰਾਜ ਜੀ ਤੋਂ ਵਾਕਈ ਖੁਸ਼ੀਆਂ ਲੈਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਮਹਾਰਾਜ ਜੀ ਦੇ ਬਾਰੇ ਸੋਚਣਾ ਚਾਹੀਦਾ। ਇਹ ਆਪਣੇ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਕਿ ਮਹਾਰਾਜ ਜੀ ਦਾ ਸਤਿਕਾਰ ਅਦਬ ਸਤਿਕਾਰ ਵੱਧ ਤੋਂ ਵੱਧ ਕਰਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ। ਸਤਿਕਾਰ ਦੇ ਦਰਸ਼ਨ ਕਰਾਏ ਗਏ, ਸੰਗਤਾਂ ਦੇ ਮਨਾਂ ਨੂੰ ਪਸੰਦ ਨਹੀਂ ਮਿਲੇ ਕਿ ਹਾਂ ਸਰਕਾਰ ਕਮੇਟੀ ਵੱਲੋਂ ਨਿਭਾਈ ਗਈ ਆਪਣੀ ਜ਼ਿੰਮੇਵਾਰੀ ਦਾ ਚੰਗੇ ਤਰੀਕੇ ਨਾਲ ਨਿਭਾਈਆਂ ਗਈਆਂ ਨੇ, ਦਰਸ਼ਨ ਵੀ ਕਰੇ। ਪਿਆਰੀ ਸਾਹ ਸਿੰਘ ਜੀ, ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ। ਇਹ ਜੋ ਪਿਛਲੇ ਹਫ਼ਤੇ ਵੀ ਆਪਾਂ ਸਾਰਿਆਂ ਨੇ ਟੀ ਵੀ 'ਤੇ ਵੀ ਦੇਖਿਆ ਸੀ, ਸਤਿਗੁਰੂ ਜੀ ਦੇ ਜੋ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਹਨ, ਜਿਸ ਘਰ ਵਿੱਚੋਂ ਜਾਂਦੇ ਗਏ ਸਨ, ਕਿਤਨੀਆਂ ਉਹਨਾਂ ਨੇ ਟਿੱਪਾਂ ਲਗਾਈਆਂ ਹੋਈਆਂ ਸਨ, ਦਾਸ ਨੇ ਵੀ ਸਾਰੇ ਟੈਲੀਵਿਜ਼ਨ ਉੱਤੇ ਦੇਖੇ ਸਨ। ਉਸ ਦਿਨ ਮੈਂ ਨਹੀਂ ਸੀ ਆਇਆ, ਜੋ ਸਾਡੇ ਹੋਰ ਕਮੇਟੀ ਮੈਂਬਰ ਆਏ ਸਨ ਉਸ ਦਿਨ। ਇਤਨਾ ਦੇਖ ਕੇ ਮਨ ਨੂੰ ਦੁੱਖ ਹੋਇਆ, ਇਤਨੀਆਂ ਟਿੱਪਾਂ ਲਗਾਈਆਂ ਹੋਈਆਂ ਸੀ ਉਹਨਾਂ ਨੇ, ਉਸ ਪਰਿਵਾਰ ਨੇ, ਕਿ ਭਾਈ ਸਾਹਿਬ ਜੀ ਇਹਨਾਂ ਤੋਂ ਸਤਿਗੁਰੂ ਦੀ ਸੇਵਾ ਲੈ ਰਹੇ ਹਨ, ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੁੰਦੇ ਹਨ, ਇਸ ਤਰ੍ਹਾਂ ਜਾਂ ਜਿਨ੍ਹਾਂ ਦੀ ਦਬਿਆਲੀ ਹੋਈ ਹੋਵੇ ਇੰਗਲੈਂਡ ਵਿੱਚ ਕਿਤੇ ਵੀ ਹੋਣ, ਇਹ ਲੈ ਕੇ ਆਉਂਦੇ ਹਨ। ਇਹਨਾਂ ਨੇ ਕਈ ਵਾਰੀ ਮੈਂ ਇਹਨਾਂ ਦੇ ਕੋਲ ਸੁਣਿਆ ਹੈ, ਜਿੱਥੇ ਵੀ ਇਹਨਾਂ ਨੂੰ ਪਤਾ ਲੱਗੇ ਵੀ ਮਹਾਰਾਜ ਸਰੂਪ ਉੱਥੇ ਪੂਰੀ ਸੇਵਾ ਸੰਭਾਲ ਨਹੀਂ ਹੁੰਦੀ, ਇਸ ਬਾਬਾ ਸਾਹਿਬ ਗੁਰਦੁਆਰਾ ਸਾਹਿਬ ਲਿਆ ਕੇ ਉਹਨਾਂ ਦੀ ਪੂਰੀ ਸੇਵਾ ਕਰਦੇ ਹਨ, ਜਿੱਥੇ ਆਪਾਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਜੋ ਪਿਛਲੇ ਹਫ਼ਤੇ ਕਿੰਨੀਆਂ ਟਿੱਪਾਂ ਲੱਗੀਆਂ ਹੋਈਆਂ ਸਨ, ਇਹਨਾਂ ਨੇ ਸਾਰੇ ਹੀ ਉਹ ਅੰਗ ਨਵੇਂ ਪਾ ਦਿੱਤੇ ਹਨ, ਕਿ ਇਹ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਹੀ ਸਰੂਪ ਹੈ, ਪੁਰਾਣਾ ਨਹੀਂ ਲੱਗਦਾ। ਅਤੇ ਸਤਿਗੁਰਾਂ ਦੀ ਇੰਨੀ ਕਿਰਪਾ ਬਖਸ਼ ਰਹਿਮਤ ਹੈ ਇਸ ਦਰਬਾਰ ਦੇ ਉੱਤੇ, ਭਾਈ ਮਨਵੀਰ ਸਿੰਘ ਜੀ ਦੇ ਕੋਲ ਸੇਵਾ ਲੈ ਰਹੇ ਹਨ, ਜੋ ਸਰਕਾਰ ਕਮੇਟੀ ਹੈ, ਬਹੁਤ ਹੀ ਵੱਡੀ ਸੇਵਾ ਹੈ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਰੀ ਦੁਨੀਆਂ ਦੇ ਪਿਤ ਪਾਲਕ ਹਨ, ਹਾਜ਼ਰਾ ਹਜ਼ੂਰ ਹਨ, ਜਹਰਾ ਜਹੂਰ ਹਨ, ਸਰਕਲਾ ਭਰਪੂਰ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆਂ ਨੂੰ ਰਿਜਕ ਦੇ ਰਹੇ ਹਨ, ਸੇਵਾ ਸੰਭਾਲ ਕਰ ਰਹੇ ਹਨ, ਇਹ ਆਪਣੀ ਸ਼ਰਧਾ ਹੈ, ਤਾਂ ਆਪਾਂ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਜਾਣਦੇ ਹਾਂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਪ੍ਰਤੱਖ ਗੁਰੂ ਹੈ, ਸਤਿਗੁਰੂ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਇਹ ਜੇ ਗੁਰਸਿੱਖਾਂ ਨੂੰ ਇਸ ਸਤਿਗੁਰੂ ਜੀ ਉੱਪਰ ਪੂਰਾ ਭਰੋਸਾ ਹੈ, ਜਿਸ ਤਰ੍ਹਾਂ ਦਰਬਾਰ ਸਾਹਿਬ ਵਿੱਚ ਪਹਿਲਾ ਹੁਕਮਨਾਮਾ ਆਇਆ ਸੀ, ਬਾਬਾ ਬੁੱਢਾ ਜੀ ਨੇ ਲਿਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਹਿ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਪਿਆ ਜਗੰਤਰ ਲਾਥੇ ਸਗਲ ਵਸੂਰੇ, ਪੂਰਨ ਪੁਰਖ ਚੁੱਤ ਅਵਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਵਿਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਹੀ ਧੰਨ ਗੁਰੂ ਅਰਜਨ ਦੇਵ ਮਹਾਨ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹੀ ਅਰਦਾਸ ਬੇਨਤੀ ਕੀਤੀ ਸੀ, ਜੋ ਕਿ ਜਿੱਥੇ ਇਸ ਵੇਲੇ ਹਰ ਕੀ ਪੌੜੀ ਹੈ ਦਰਬਾਰ ਸਾਹਿਬ ਦੇ ਵਿੱਚ, ਉੱਥੇ ਬਹੁਤ ਵੱਡਾ ਪੱਥਰ ਸੀ ਜੋ ਸੰਗਤਾਂ ਕੋਲੋਂ ਟੁੱਟਦਾ ਰਿਹਾ ਸੀ, ਅਤੇ ਉਹਨਾਂ ਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਪੱਥਰ ਸਾਡੇ ਕੋਲ ਟੁੱਟਦਾ ਨਹੀਂ, ਕਿਰਪਾ ਕਰੋ, ਬਸ ਰਹਿਮਤ ਕਰੋ। ਅਤੇ ਧੰਨ ਗੁਰੂ ਅਰਜਨ ਦੇਵ ਮਹਾਨ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਅਰਦਾਸ ਬੇਨਤੀ ਕੀਤੀ ਸੀ, ਜਿਹੜਾ ਪੱਥਰ ਸੀ ਜੋ ਸਵੇਰ ਨੂੰ ਦੇਖਿਆ ਉੱਥੇ ਹੈ ਨਹੀਂ ਸੀ, ਰਾਮ ਸੰਗਤਾਂ ਨੇ ਵੀ ਦੇਖਿਆ ਕਿ ਸੇਵਾਦਾਰ ਪੱਟ ਕੇ ਲੈ ਕੇ ਜਾ ਰਹੇ ਸੀ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ ਰਹਿਮਤ ਹੈ, ਜੋ ਗੁਰੂ ਅਰਜਨ ਦੇਵ ਮਹਾਨ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਕਿਰਪਾ ਬਖਸ਼ੀ ਹੈ, ਬਹੁਤ ਵੱਡਾ ਉਪਕਾਰ ਕਰ ਰਹੇ ਹਨ। ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਜੋ ਇੱਥੇ ਸੰਗਤਾਂ ਭਾਈ ਸਾਹਿਬ ਜੀ ਦੇ ਨਾਲ ਸਹਿਯੋਗ ਦੇ ਰਹੀਆਂ ਹਨ, ਇਸ ਸੇਵਾ ਦੇ ਵਿੱਚ ਹਿੱਸਾ ਪਾ ਰਹੀਆਂ ਹਨ, ਤਾਂ ਸਾਨੂੰ ਬੜੀ ਖੁਸ਼ੀ ਹੈ। ਸਤਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਵਿਚਾਰ ਸੰਗਤਾਂ ਨਾਲ ਜ਼ਰੂਰ ਸਾਂਝੇ ਕਰੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਸਤਿਕਾਰ ਵਾਸਤੇ ਜੋ ਸਾਰੇ ਸਿੰਘ ਇੱਥੇ ਇਕੱਤਰ ਹੋਏ ਆ, ਜੋ ਪਿਛਲੇ ਕੁਝ ਰੋਜ਼ ਪਹਿਲਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਸਰੂਪ ਇੱਥੇ ਲਿਆਉਂਦੇ ਗਏ ਸਨ, ਅਤੇ ਉਹਨਾਂ ਦੇ ਜੋ ਹਾਲਾਤ ਉਦੋਂ ਬਣੇ ਹੋਏ ਸੀ, ਜਿਵੇਂ ਉਹਨਾਂ ਦੀ ਨਰਾਦਰੀ ਹੋਈ ਸੀ, ਬੇਅਦਬੀ ਹੋਈ ਸੀ, ਅਸੀਂ ਸਾਰਿਆਂ ਨੇ ਉਹ ਵੇਖਿਆ। ਉਸ ਰੂਪ ਦੀ ਹੁਣ ਸੇਵਾ ਸੰਭਾਲ ਸਿੰਘਾਂ ਸਾਰਿਆਂ ਨੇ ਸਤਿਕਾਰ ਕਮੇਟੀ ਯੂਕੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਯੂਕੇ ਵੱਲੋਂ ਸਾਰਿਆਂ ਸਿੰਘਾਂ ਨੇ ਰਲ ਕਰਕੇ ਉਹ ਸੇਵਾ ਸੰਭਾਲ ਸਰੂਪ ਦੀ ਕੀਤੀ ਆ, ਅਤੇ ਸਰੂਪ ਨੂੰ ਇੱਕ ਨਵਾਂ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੇ ਅੰਗਾਂ ਦੇ ਉੱਤੇ ਜਿਵੇਂ ਬਾਣਾ ਵੀ ਲਾਇਆ ਗਿਆ ਆ, ਸਾਰੀ
ਸੇਵਾ ਤੁਸੀਂ ਸਾਰਿਆਂ ਨੇ ਦੇਖਿਆ ਆ। ਇਹ ਜਿਹੜਾ ਇੱਥੇ ਇੱਕ ਮੈਸੇਜ ਦੇਣ ਦਾ ਮੀਨਿੰਗ ਇਹ ਆ ਸਾਰੀਆਂ ਸੰਗਤਾਂ ਨੂੰ ਕਿ ਆਪਾਂ ਵੱਧ ਤੋਂ ਵੱਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਆ, ਆਪਣੇ ਘਰ ਵਿੱਚ ਪਈਆਂ ਪੋਥੀਆਂ ਦਾ ਸਤਿਕਾਰ ਕਰਨਾ, ਗੁਰੂ ਘਰ ਵਿੱਚ ਪਈਆਂ ਪੋਥੀਆਂ ਦਾ ਸਤਿਕਾਰ ਕਰਨਾ ਆ। ਜਿਵੇਂ ਆਪਾਂ ਘਰਾਂ ਵਿੱਚ ਪਿਆ ਵੇਸ ਦਾ ਆਪਾਂ ਕਰਦੇ ਹਾਂ, ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ ਘਰ ਵਿੱਚ, ਜਾਂ ਆਪਾਂ ਗੁਰੂ ਘਰ ਵਿੱਚ ਪਈਆਂ ਪੋਥੀਆਂ ਦਾ ਸਤਿਕਾਰ ਨਹੀਂ ਕਰਦੇ। ਦੇਖੋ ਇੱਕ ਬੇਨਤੀ ਦਾ ਅਰਸ ਕਰਦਾ ਤੁਹਾਡੇ ਮਾਧਿਅਮ ਦੁਆਰਾ ਕਿ ਆਪਾਂ ਚਾਹੇ ਰਾਜ ਭਾਗ ਦੀ ਗੱਲ ਕਰਦੇ ਹਾਂ, ਚਾਹੇ ਵੱਡੇ ਵੱਡੇ ਗੁਰਦੁਆਰੇ ਬਣਾਉਣ ਦੀ ਗੱਲ ਕਰਦੇ ਹਾਂ, ਜਾਂ ਹੋਰ ਸਿੱਖ ਪੰਥ ਨੂੰ ਬੁਲੰਦੀਆਂ 'ਤੇ ਲਿਜਾਣ ਦੀ ਗੱਲ ਹੀ ਕਰਦੇ ਹਾਂ, ਪਰ ਇਹ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਨੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀਆਂ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ 'ਚ ਫਰਮਾਉਂਦੇ ਆ ਨਾ ਵੀ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਚੀਜ਼ਾਈ। ਜਦੋਂ ਗੁਰੂ ਕਰਤਾ ਵੱਲ ਸਾਡੇ ਹੋ ਗਿਆ ਨਾ, ਉਦੋਂ ਅਸੀਂ ਰਾਜ ਭਾਗ ਵੀ ਲੈ ਲੈਣਾ ਠੀਕ ਆ, ਜ਼ਰੂਰੀ ਆ, ਰਾਜ ਭਾਗ ਦੀ ਗੱਲ ਵੀ ਕਰਨੀ, ਹੋਰ ਸਿੱਖ ਆਉਣ ਤਾਈ ਆਉਣ ਤਾਈ ਦੀ ਗੱਲ ਕਰਨੀ, ਹੋਰ ਵੱਧ ਤੋਂ ਵੱਧ ਪ੍ਰਾਪਤੀਆਂ ਦੀ ਗੱਲ ਕਰਨੀ ਚਾਹੀਦੀ ਆ, ਜ਼ਰੂਰੀ ਆ, ਪਰ ਉਹ ਪ੍ਰਾਪਤੀ ਉਦੋਂ ਹੋਣੀ ਆ ਜਦੋਂ ਗੁਰੂ ਦੀ ਸਾਡੇ ਨਾਲ ਜਾਂ ਸਾਡੇ ਸਿਰ 'ਤੇ ਗੁਰੂ ਦਾ ਹੱਥ ਹੋਇਆ। ਜਿਵੇਂ ਆਪਾਂ ਇਤਿਹਾਸ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਉਹ ਸਾਖੀ ਤੁਸੀਂ ਸਾਰੇ ਜਾਣਦੇ ਹੋ, ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਿੰਘਾਂ ਦੇ ਨਾਲ ਜੰਗ ਲੜ ਰਹੇ ਸੀ, ਅਤੇ ਮੁਗਲ ਜਿਹੜੇ ਸੀਗੇ ਅੱਗੇ ਲਾ ਕੇ ਭੱਜ ਉੱਠੇ, ਅਤੇ ਸਿੰਘ ਬੜੇ ਉਦੋਂ ਜੋਸ਼ ਵਿੱਚ ਸੀਗੇ, ਅਤੇ ਸਿੰਘ ਵੀ ਮਗਰ ਉਹਨਾਂ ਦੇ ਚੜ੍ਹਾਈ ਕਰਕੇ ਚਲੇ ਗਏ। ਮਹਾਰਾਜ ਸਿੰਘ ਰੋਕਿਆ ਵੀ ਸਿੰਘ ਆ ਜਾਓ ਹੁਣ ਵਾਪਸ, ਅਤੇ ਸਿੰਘ ਇੰਨੇ ਜੋਸ਼ ਵਿੱਚ ਸੀਗੇ ਆਏ ਨਹੀਂ, ਵਾਪਸ ਨਹੀਂ ਆਏ, ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਥੋੜ੍ਹੇ ਜਿਹੇ ਸਾਈਡ 'ਤੇ ਹੋ ਗਏ, ਅਤੇ ਸਿੰਘਾਂ ਦਾ ਉੱਥੇ ਬਲ ਘੱਟ ਗਿਆ, ਉਹ ਮੁਗਲਾਂ ਦਾ ਜ਼ੋਰ ਸਿੰਘਾਂ ਦੇ ਉੱਤੇ ਪੈ ਗਿਆ। ਫਿਰ ਮਾਲਕ ਸਿੰਘਾਂ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ। ਫਿਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਜ਼ਰ ਹੋਈ ਵਿੱਚ ਆ ਕੇ ਖਲੋਤੇ, ਫਿਰ ਸਿੰਘਾਂ ਨੇ ਉੱਥੇ ਜਿੱਤ ਪ੍ਰਾਪਤ ਕੀਤੀ ਸੀ। ਉਹਦਾ ਅਰਥ ਸੀ, ਉਹਦਾ ਮੀਨਿੰਗ, ਇਤਿਹਾਸ ਆਪਾਂ ਜਿਹੜਾ ਸਾਂਝਾ ਕਰਦੇ ਹਾਂ, ਅੱਜ ਵੀ ਅੱਜ ਪ੍ਰੈਜੈਂਟ ਸਮੇਂ ਵਿੱਚ ਉਹਨੂੰ ਸਮਝਣਾ ਆਪਣੇ 'ਤੇ ਲਾਗੂ ਕਰਨਾ ਨੇ, ਵੀ ਸਾਖੀ ਉਦੋਂ ਵਰਤੀ ਸੀ ਸੁਣ ਲਈ, ਉਹ ਅੱਜ ਦੇ ਸੀ ਸਤਿਗੁਰੂ ਗੁਰੂ ਗ੍ਰੰਥ ਸਤਿਕਾਰ ਉਵੇਂ ਹੀ ਕਾਇਮ ਰੱਖਣਾ। ਉਹਦਾ ਸਾਖੀ ਦਾ ਮੀਨਿੰਗ ਇਹ ਸੀ ਵੀ ਜੇ ਗੁਰੂ ਵੱਲ ਆ, ਜੇ ਕਰਤਾ ਵੱਲ ਆ, ਅਤੇ ਅਸੀਂ ਸਾਰੇ ਰਾਜ ਭਾਗ ਵੀ ਲੈ ਸਕਦੇ ਹਾਂ, ਅਸੀਂ ਸਾਰੀਆਂ ਪ੍ਰਾਪਤੀਆਂ ਕਰ ਸਕਦੇ ਹਾਂ, ਅਤੇ ਜੇ ਅਸੀਂ ਉਸ ਗੁਰੂ ਜਿਹਨੇ ਸਾਡੀ ਸਹਾਇਤਾ ਕਰਨੀ ਆ, ਉਹ ਗੁਰਬਾਣੀ ਦਾ ਅਸੀਂ ਅਦਬ ਹੀ ਨਹੀਂ ਕੀਤਾ, ਸਤਿਕਾਰ ਹੀ ਨਹੀਂ ਕੀਤਾ, ਫਿਰ ਗੁਰੂ ਦੀ ਸਾਡੇ 'ਤੇ ਬਖਸ਼ਿਸ਼ ਕਿੱਦਾਂ ਹੋਣੀ ਹੈ? ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਅਸੀਂ ਸਿੱਖ ਕੌਮ ਨੂੰ ਉਹ ਬੁਲੰਦੀਆਂ 'ਤੇ ਨਹੀਂ ਲਿਜਾ ਸਕਦੇ। ਸਾਡੀ ਕੌਮ ਨੂੰ ਗੱਲ ਸਮਝਣੀ ਪੈਣੀ ਆ, ਜੇ ਗੁਰੂ ਵੱਲ ਆਓ। ਸਾਖੀ ਮੈਂ ਦੁਹਰਾਵਾਂ ਫਿਰ ਉਹਦਾ ਮੀਨਿੰਗ, ਵੀ ਜੇ ਗੁਰੂ ਆ ਗਏ ਵਿੱਚ ਖਲੋਤਾ ਤਾਂ ਸਿੰਘਾਂ ਨੇ ਜੰਗ ਜਿੱਤੀ ਸੀ, ਨਹੀਂ ਗੁਰੂ ਸਾਹਿਬ ਪਾਸੇ ਹੋ ਗਏ ਤਾਂ ਸਿੱਖ ਜੰਗ ਹਾਰ ਗਏ ਸੀਗੇ। ਅੱਜ ਉਹੀ ਕਾਰਨ ਸਾਡੇ ਨਾਲ ਬਣ ਰਿਹਾ, ਅਸੀਂ ਆਪਣੇ ਸਿੱਖ ਕੌਮ ਜੇ ਸਾਡੀ ਕੁਝ ਗੱਲਾਂ ਹੁਣ ਤਾਈਂ ਜਾ ਰਹੀਆਂ, ਅਸੀਂ ਮੰਜ਼ਲਾਂ ਨਹੀਂ ਪ੍ਰਾਪਤੀ ਕਰ ਰਹੇ, ਅਤੇ ਅਸੀਂ ਗੁਰੂ ਦਾ ਉਲਟ ਆਸਰਾ ਛੱਡ ਦਿੱਤਾ, ਅਸੀਂ ਗੁਰੂ ਦੀ ਆਪ ਨਿਰਾਦਰੀ ਕਰਨ ਲੱਗ ਪਏ, ਅਸੀਂ ਸਤਿਕਾਰ ਹੋਰਾਂ ਕੋ ਕਰਾਉਣਾ ਸੀਗਾ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਕੋ ਦਿੱਤਾ ਖਾ ਰਹੇ ਹਾਂ, ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪੂਰੀ ਦੁਨੀਆ ਅੱਜ ਮੰਨ ਰਹੀ ਆ, ਸਮਝ ਰਹੀ ਆ, ਉਹ ਸਤਿਗੁਰੂ ਸਾਹਿਬ ਦਾ ਸਤਿਕਾਰ ਅਸੀਂ ਸਭ ਤੋਂ ਉੱਚਿਆਂ ਲਿਜਾਣਾ ਸੀਗਾ, ਅਤੇ ਉਹ ਅਸੀਂ ਆਪ ਨਿਰਾਦੀ ਘਰਾਂ 'ਚ ਪੋਥੀਆਂ ਦੀ ਕਰੀ ਜਾ ਰਹੇ। ਗੁਰੂ ਦੀ ਵੱਡੀਆਂ ਵੱਡੀਆਂ ਬਿਲਡਿੰਗਾਂ ਗੁਰੂ ਘਰ ਦੀਆਂ ਬਣਾਉਣੇ ਆ, ਬਣਾਉਣੀਆਂ ਚਾਹੀਦੀਆਂ, ਕਿਸੇ ਕਿੰਤੂ ਕਰ ਦਿੰਦੇ ਵੀ ਨਹੀਂ, ਗੁਰੂ ਆਪਣਾ ਘਰ ਸੋਹਣਾ ਬਣਾਉਂਦੇ, ਗੁਰੂ ਦਾ ਘਰ ਕਿਉਂ ਸੋਹਣਾ ਹੋਵੇ, ਹੋਵੇ ਸੋਹਣਾ, ਬਣਾਉਣਾ ਚਾਹੀਦਾ ਦਰਬਾਰ ਸੋਹਣਾ, ਬਟ ਉਹਦੇ ਵਿੱਚ ਗੁਰਬਾਣੀ ਦਾ ਸਤਿਕਾਰ ਪਹਿਲੇ ਨੰਬਰ 'ਤੇ ਹੋਵੇ, ਪੋਥੀਆਂ ਦਾ, ਗੁਰਬਾਣੀ ਦਾ। ਅਤੇ ਜਦੋਂ ਤੱਕ ਅਸੀਂ ਅਦਬ ਨਹੀਂ ਗੁਰੂ ਸਾਹਿਬ ਦਾ ਕਰਦੇ, ਸਤਿਕਾਰ ਨਹੀਂ ਕਰਦੇ, ਅਤੇ ਉਦੋਂ ਤੱਕ ਅਸੀਂ ਕੋਈ ਪ੍ਰਾਪਤੀ ਨਹੀਂ ਸਿੱਖ ਪੰਥ ਲਈ ਨਹੀਂ ਕਰ ਸਕਦੇ, ਆਪਣੇ ਲਈ ਨਹੀਂ ਕਰ ਸਕਦੇ। ਕਿ ਮੈਂ ਹੋਰ ਬੇਨਤੀ ਕਰਾਂ ਕਿ ਜਿਸ ਪ੍ਰਕਾਰ ਕਈਆਂ ਦਾ ਇੱਥੇ ਮਤ ਹੁੰਦਾ ਆ ਵੀ ਉਹ ਗੁਰਬਾਣੀ ਦੇ ਬਾਹਰੀ ਸਤਿਕਾਰ ਪ੍ਰਤੀ ਕਿੰਤੂ ਪ੍ਰੰਤੂ ਕਰਦੇ ਆ, ਅਤੇ ਉਸ ਬਾਹਰੀ ਸਤਿਕਾਰ ਬਹੁਤ ਤੇਜ਼ ਕਰ, ਇਸ ਗੱਲ ਦਾ ਵੀ ਸਾਡੀ ਕੌਮ 'ਚ ਘੱਟ ਆਇਆ ਵੀ ਇੱਕ ਪਾਸੇ ਸਿੰਘ ਤਾਂ ਗੁਰਬਾਣੀ ਦਾ ਸਤਿਕਾਰ ਲਾਉਣ ਲਈ ਜ਼ੋਰ ਕਰ ਲਾਉਂਦੇ ਆ ਵੀ ਸਤਿਕਾਰ ਕਰੋ, ਵੱਧ ਤੋਂ ਵੱਧ ਗੁਰਬਾਣੀ ਦਾ ਅਦਬ ਹੋਣਾ ਚਾਹੀਦਾ, ਸਤਿਕਾਰ ਹੋਣਾ ਚਾਹੀਦਾ, ਪਰ ਕਈ ਐਸੇ ਵਿੱਚ ਸਾਡੇ ਆ ਜਾਂਦੇ ਆ, ਸਾਡੇ ਵੀਰ ਉਹ ਆਖ ਦਿੰਦੇ ਆ ਵੀ ਬਾਹਰੀ ਸਤਿਕਾਰ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ, ਅਤੇ ਉਹ ਆਖਦੇ ਗੁਰਬਾਣੀ ਜੋ ਕਹਿੰਦੀ ਆ ਉਹ ਕਰੋ, ਗੁਰਬਾਣੀ ਪੜ੍ਹੋ ਜੋ ਕਹਿੰਦੀ ਆ ਕਰੋ। ਦੇਖੋ ਕਿ ਬੇਨਤੀ ਦਾਸ ਕਰੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਆਗਿਆ ਉਹਨੇ ਮੰਨਣੀ ਆ, ਗੁਰੂ ਦੇ ਆਖੇ ਲਾ ਕੇ ਉਹਨੇ ਚੱਲਣਾ, ਜਿਹਨੂੰ ਗੁਰੂ ਦਾ ਅਦਬ ਆ, ਗੁਰੂ ਦਾ ਭੈ ਆ ਜਿਹਦੇ ਮਨ ਵਿੱਚ। ਜਿਵੇਂ ਫੋਰ ਐਗਜ਼ਾਮਪਲ, ਜਿਵੇਂ ਸਾਡੇ ਆਮ ਸਾਡੇ ਬੱਚੇ ਆ, ਜੇ ਉਹਨੂੰ ਮਾਪਿਆਂ ਦਾ ਥੋੜ੍ਹਾ ਬਹੁਤਾ ਡਰ ਨਹੀਂ, ਰਿਸਪੈਕਟ ਨਹੀਂ, ਤਾਂ ਉਹ ਬੱਚੇ ਮਾਪਿਆਂ ਦੇ ਆਖੇ ਲੱਗਦੇ ਨਹੀਂ ਲੱਗਦੇ। ਜਿਵੇਂ ਗੁਰਬਾਣੀ 'ਚ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਵੀ ਜੇ ਰੱਬ ਦੀ ਤੁਸੀਂ ਪ੍ਰਾਪਤੀ ਕਰਨੀ ਆ ਤਾਂ ਉਹ ਪ੍ਰੇਮ ਕਰਕੇ ਹੋਣੀ ਆ, ਸਾਚ ਕਹੋ ਜਿਨ ਸਾਚ ਕਹੋ ਸੁਣ ਲਿਓ ਸਭ ਆ, ਜਿਨ ਪ੍ਰੇਮ ਕੀਓ ਤਾਂ ਨਹੀਂ ਪ੍ਰਭ ਪਾਇਓ। ਅਤੇ ਉਹ ਜਿਹੜਾ ਪ੍ਰੇਮ ਆ ਉਹ ਗੁਰਬਾਣੀ ਦੇ ਅਦਬ 'ਚੋਂ ਮਿਲਣਾ, ਗੁਰੂ ਦੇ ਭੈ 'ਚੋਂ ਮਿਲਣਾ। ਜਿਵੇਂ ਸਤਿਗੁਰੂ ਦਾ ਗੁਰਬਾਣੀ 'ਚ ਬਚਨ ਆਉਂਦਾ ਆ
ਬਿਨ ਭੈ ਕਿਨੇ ਨਾ ਪ੍ਰੇਮ ਪਾਇਆ ਬਿਨ ਭੈ ਪਾਰ ਨਾ ਉਤਰਿਆ ਕੋਈ। ਉਹਦਾ ਅਰਥ ਕਿਸੇ ਟੀਕੇ 'ਚ ਪੜ੍ਹ ਲਿਓ, ਜਿਨ ਭੈ ਬਿਨ ਭੈ ਬਿਨ ਭੈ ਕਿਨੇ ਨਾ ਪ੍ਰੇਮ ਪਾਇਆ। ਗੁਰੂ ਦੇ ਭੈ ਅਦਬ ਤੋਂ ਬਿਨਾਂ ਕਿਸੇ ਨੂੰ ਪ੍ਰੇਮ ਦੀ ਪ੍ਰਾਪਤੀ ਨਹੀਂ ਹੋਈ। ਬਿਨ ਭੈ ਪਾਰ ਨਾ ਉਤਰਿਆ ਕੋਈ, ਅਤੇ ਗੁਰੂ ਦੇ ਭੈ ਤੋਂ ਬਿਨਾਂ ਕੋਈ ਵੀ ਪਾਰ ਨਹੀਂ ਉਤਰ ਸਕਦਾ। ਇਸ ਕਰਕੇ ਗੁਰਬਾਣੀ ਦਾ ਵੱਧ ਤੋਂ ਵੱਧ ਅਦਬ ਕਰੀਏ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਾਂ ਵਾਲੇ ਕਿਸੇ ਪਰਿਵਾਰ ਦੇ ਵਿੱਚ ਗਏ, ਕਿਸੇ ਨਗਰ ਦੇ ਵਿੱਚ ਗਏ, ਪਰਿਵਾਰ ਸੰਗਤਾਂ ਨੇ ਬੇਨਤੀ ਕੀਤੀ ਵੀ ਆਓ ਸਿੰਘਾਂ ਨੂੰ ਲੰਗਰ ਦੇ ਸੱਦਿਆ, ਘਰ ਵਿੱਚ ਸੱਦਾ ਦਿੱਤਾ ਲੰਗਰ ਛਕਣ ਵਾਸਤੇ। ਅਤੇ ਮਹਾਂਪੁਰਖ ਜਦੋਂ ਘਰ ਵਿੱਚ ਸਿੰਘਾਂ ਸਮੇਤ ਗਏ, ਬਹਿ ਕੇ ਪੰਗਤਾਂ ਵਿੱਚ ਬਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ। ਅਤੇ ਜਦੋਂ ਮਹਾਂਪੁਰਖਾਂ ਦੀ ਉੱਥੇ ਨਿਗਾਹ ਪਈ, ਗੁਰਬਾਣੀ ਦੀਆਂ ਪੋਥੀਆਂ ਪਈਆਂ ਹੋਈਆਂ ਘਰ, ਅਤੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਟਕਸਾਲ ਦਮਨੀ 13ਵੇਂ ਮੁਖੀ ਹੋਏ, ਜਿਹੜੇ ਬੜੇ ਵੀਰ ਰਸ ਵਿੱਚ ਆ ਗਏ ਅਤੇ ਆਖਣ ਲੱਗੇ ਵੀ ਅਸੀਂ ਤੁਹਾਡੇ ਘਰੋਂ ਪ੍ਰਸ਼ਾਦਾ ਨਹੀਂ ਛਕਣਾ। ਕਹਿਣ ਲੱਗੇ ਵੀ ਆ ਵੇਖੋ ਗੁਰਬਾਣੀ ਦਾ ਕਿਵੇਂ ਤੁਸੀਂ ਨਿਰਾਦਰ ਕਰ ਰਹੇ ਹੋ। ਉਹਨਾਂ ਬਥੇਰੇ ਹੱਥ ਜੋੜੇ, ਮਹਾਂਪੁਰਖ ਆਖਣ ਲੱਗੇ ਵੀ ਤੁਸੀਂ ਮੁੜ ਕੇ ਕਹਿੰਦੇ ਸਾਡੇ ਗੋਡੇ ਗਿੱਟੇ ਦਰਦ ਹੁੰਦੇ ਆ, ਪੀੜਾਂ ਹੁੰਦੀਆਂ ਆ, ਫਿਰ ਪੀੜਾਂ ਕਿਉਂ ਨਾ ਹੁਣ ਆਪ ਤੁਸੀਂ ਹਜ਼ਾਰ ਹਜ਼ਾਰ ਵਾਲੇ ਕਈ ਕਈ ਹਜ਼ਾਰ ਦੇ ਸੂਟ ਪਾਉਂਦੇ ਹੋ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੋਥੀਆਂ 'ਤੇ ਰੁਮਾਲੇ ਹੈ ਨਹੀਂ, ਅਸੀਂ ਇੰਨੇ ਨੀਵੇਂ ਗਿਰਦੇ ਜਾ ਰਹੇ ਹਾਂ, ਸਾਨੂੰ ਗੁਰਬਾਣੀ ਦਾ ਅਦਬ ਸਤਿਕਾਰ ਵੱਧ ਤੋਂ ਵੱਧ ਕਰਨਾ ਚਾਹੀਦਾ ਆ, ਤਾਂ ਹੀ ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੋਣੀਆਂ ਆ। ਜਿਵੇਂ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਜੋ ਪਲੰਘੇ 'ਤੇ ਵਿਸ਼ਰਾਮ ਕਰ ਰਹੇ, ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ, ਮਹਾਰਾਜ ਕੇ ਦਮ ਉੱਠੇ ਆ, ਤਾਂ ਮਹਾਰਾਜ ਸਾਹਿਬ ਦੇ ਗੋਡੇ 'ਤੇ ਸੱਟ ਲੱਗ ਗਈ ਆ। ਸੰਗਤਾਂ ਪੁੱਛਿਆ ਮਹਾਰਾਜ ਇੰਨੀ ਕਾਹਲੀ ਕਿਉਂ ਉੱਠੇ ਹੋ, ਆਖਣ ਲੱਗੇ ਸੰਗਤਾਂ ਗੁਰਬਾਣੀ ਦੇ ਸਤਿਕਾਰ ਲਈ ਉੱਠੇ ਹਾਂ। ਅਤੇ ਸੰਗਤਾਂ ਆਖਣ ਲੱਗੀਆਂ ਮਹਾਰਾਜ ਤੁਹਾਡੀ ਗੁਰਬਾਣੀ ਆ। ਮਹਾਰਾਜ ਆਖਣ ਲੱਗੇ ਵੀ ਅਸੀਂ ਸਤਿਕਾਰ ਕਰਾਂਗੇ ਅਤੇ ਸੰਗਤਾਂ ਕਰਨਗੀਆਂ ਨਾ। ਸੋ ਮਹਾਰਾਜ ਸਾਹਿਬ ਸਤਿਗੁਰੂ ਹਰਿਰਾਏ ਸਾਹਿਬ ਜੀ ਆਪ ਇੰਨਾ ਸਤਿਕਾਰ ਕਰਦੇ। ਉੱਥੇ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਵੀ ਸਿੱਖੋ, ਜੇ ਤੁਸੀਂ ਹੋਰ ਕੁਝ ਨਹੀਂ ਨਾ ਕਰ ਸਕਦਾ, ਕੋਈ ਬਹੁਤਾ ਨਹੀਂ ਜਪ ਜਪੀ ਤਪੀ ਹੈਗਾ, ਅਤੇ ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੀ ਜਿਹੜਾ ਕਰ ਲੂਗਾ ਨਾ, ਉਹ ਬਖਸ਼ਿਸ਼ਾਂ ਰਹਿਮਤਾਂ ਦਾ ਪਾਤਰ ਬਣ ਸਕਦਾ। ਅਤੇ ਕਹਿਆ ਜਿਹੜਾ ਨਹੀਂ ਕਰੂਗਾ ਸਾਡਾ ਸਿੱਖ ਨਹੀਂ, ਜਿਨ ਪੈਦ ਬਣਾ ਬਾਣੀ ਧਾਰਾ ਜਾਨੋ ਸੋ ਸਿੱਖ ਨਾ ਹੈ ਹਮਾਰਾ। ਅਸੀਂ ਹੁਣ ਸੋਚ ਲਈਏ ਵੀ ਅਸੀਂ ਕੇਵਲ ਕਹਿਣ ਮਾਤਰ ਹੀ ਆਪਣੇ ਆਪ ਨੂੰ ਸਿੱਖ ਕਹਾਉਣਾ ਆ ਕਿ ਜਾਂ ਅਸੀਂ ਸਿੱਖ ਬਣਨਾ ਵੀ ਹਾਂ। ਜੇ ਬਣਦੇ ਅਸੀਂ ਸਿੱਖ ਤਾਂ ਹੈ ਜੇ ਗੁਰਬਾਣੀ ਦਾ ਅਦਬ ਕਰੀਏ। ਤਾਂ ਮਹਾਰਾਜ ਨੇ ਕਹਿ ਦਿੱਤਾ, ਐਲਾਨੀਆ ਤੌਰ 'ਤੇ ਕਹਿ ਦਿੱਤਾ, ਕੋਈ ਸ਼ੱਕ ਨਹੀਂ ਉਹ 'ਚ ਵੀ ਜਿਨ ਭੈਦ ਬਣਾ ਬਾਣੀ ਧਾਰਾ ਜਾਨੋ ਸੋ ਸਿੱਖ ਨਾ ਹੀ ਹਮਾਰਾ। ਆਪਣੇ ਆਪ ਨੂੰ ਫਿਰ ਕਹਾਈ ਜਾਈਏ ਸਿੱਖ, ਪਰ ਅਸੀਂ ਸਿੱਖ ਨਹੀਂ ਜੇ ਗੁਰਬਾਣੀ ਦਾ ਅਦਬ ਨਹੀਂ ਕਰਦੇ। ਗੁਰਬਾਣੀ ਦਾ ਅਦਬ ਆ ਗੁਰਬਾਣੀ ਦੀ ਆਗਿਆ ਮੰਨ ਕੇ ਚੱਲਣਾ, ਪਰ ਆਗਿਆ ਉਹ ਮੰਨੂਗਾ ਜਿਹੜਾ ਬਾਹਰੀ ਤੌਰ 'ਤੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਮੰਨਦਾ ਆ, ਜਿਹੜਾ ਪ੍ਰਗਟ ਗੁਰਾਂ ਕੀ ਦੇਹ ਮੰਨਦਾ ਆ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਪ੍ਰਗਟ ਹਾਜ਼ਰ ਨਾਜ਼ਰ ਸਰੂਪ ਜਾਣਨਾ ਆ। ਮੈਂ ਗੁਰਬਾਣੀ ਦੇ ਬਚਨ ਫਿਰ ਦੁਹਰਾਵਾਂ, ਬਿਨ ਭੈ ਕਿਨੇ ਨਾ ਪ੍ਰੇਮ ਪਾਇਆ, ਬਿਨ ਭੈ ਪਾਰ ਨਾ ਉਤਰਿਆ ਕੋਈ। ਗੁਰੂ ਦਾ ਜਿਹਨੇ ਭੈ ਅਦਬ ਮੰਨਿਆ ਆ ਨਾ, ਉਹਨੂੰ ਹੀ ਪ੍ਰੇਮ ਦੀ ਦਾਤ ਪ੍ਰਾਪਤ ਹੋਈ ਆ, ਅਤੇ ਪ੍ਰੇਮ ਦੀ ਦਾਤ ਮਹਾਰਾਜ ਦੇ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਸੋ ਪਹਿਲਾਂ ਅਦਬ ਧਾਰਨ ਕਰੀਏ, ਗੁਰਬਾਣੀ ਦਾ ਸਤਿਕਾਰ, ਜਿਵੇਂ ਸਾਰੇ ਇੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਕਾਰ ਕਮੇਟੀ UK ਇੱਥੇ, ਇੱਥੇ ਇੰਗਲੈਂਡ ਵਿੱਚ, ਉੱਥੇ ਪੰਜਾਬ ਵਿੱਚ ਵੀ ਆਪਣੇ ਗੁਰਸਿੱਖ ਨੇ ਸਾਰੇ ਸਤਿਕਾਰ ਕਮੇਟੀ ਵਾਲੇ, ਦਮਦਮੀ ਟਕਸਾਲ ਦੇ ਸਿੰਘ ਸਾਰੇ ਆਪੋ ਆਪਣੀ ਬਣਦੇ ਫਰਜ਼ ਨਿਭਾ ਰਹੇ ਆ, ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਹੋਏ ਆ। ਸੋ ਵਾਰ ਵਾਰ ਇਹ ਬੇਨਤੀ ਕੀਤੀ ਜਾਂਦੀ ਹੈ ਸਿੰਘਾਂ ਵੱਲੋਂ ਵੀ ਜਿਨ੍ਹਾਂ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਪੋਥੀਆਂ ਆ, ਗੁਰੂ ਦਾ ਸਰੂਪ ਦੇ ਘਰ ਵਿੱਚ ਪ੍ਰਕਾਸ਼ ਕਰਨ ਦੀ ਲੋੜ ਹੈ ਨਹੀਂ ਕੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਦੁਆਰੇ ਹੁਣ ਕਿੰਨੇ ਕਿੰਨੇ ਇੱਕ ਸਿਟੀ ਵਿੱਚ ਕਿੰਨੇ ਕਿੰਨੇ ਗੁਰਦੁਆਰਾ ਸਾਹਿਬ ਬਣੇ ਹੋਏ, ਚੱਲ ਕੇ ਆਈਏ ਬਹੁਤਾ ਫਲ ਪ੍ਰਾਪਤ ਹੁੰਦਾ ਆ। ਜਿਵੇਂ ਭਾਈ ਸਾਹਿਬ ਆਪ ਜੀ ਨੂੰ ਬੇਨਤੀ ਕਰ ਰਹੇ ਸੀ ਵੀ ਪਾਠ ਜਿਹੜਾ ਆ ਪੋਥੀਆਂ ਤੋਂ ਕਰਨਾ ਚਾਹੀਦਾ ਆ, ਗੁਟਕਿਆਂ ਸਾਹਿਬ ਤੋਂ ਕਰਨਾ ਚਾਹੀਦਾ ਆ। ਸਤਿਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਉਹ ਬਵੇ ਜਿਹਨੇ ਸੰਥਿਆ ਕੀਤੀ ਆ, ਜਿਹਨੂੰ ਅਦਬ ਆ, ਗੁਰਬਾਣੀ ਦਾ ਸਤਿਕਾਰ ਜਿਹਨੂੰ ਕਰਨਾ ਆਉਂਦਾ ਆ। ਇਸ ਕਰਕੇ ਬੇਨਤੀ ਆ ਵੀ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ, ਕਿਉਂਕਿ ਗੁਰੂ ਤੋਂ ਬਿਨਾਂ ਨਹੀਂ ਕੋਈ ਵੀ ਢੋਈ, ਗੁਰੂ ਤੋਂ ਬਿਨਾਂ ਨਹੀਂ ਰਾਜ ਮਿਲਣਾ, ਅਤੇ ਗੁਰੂ ਤੋਂ ਬਿਨਾਂ ਨਹੀਂ ਆਪਾਂ ਵੱਡੇ ਵੱਡੇ ਗੁਰਦੁਆਰੇ ਬਣਾ ਕੇ ਜਾਂ ਹੋਰ ਆਪਾਂ ਕੋਈ ਗੱਲਾਂ ਕਰਕੇ ਪੰਥ ਕੌਮ ਵਿੱਚ ਪ੍ਰਾਪਤੀਆਂ ਉਦੋਂ ਹੀ ਹੋਣੀਆਂ ਜਦੋਂ ਅਸੀਂ ਜਦੋਂ ਗੁਰੂ ਸਾਡੇ ਵੱਲ ਹੋਇਆ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਇਸ ਕਰਕੇ ਅਦਬ ਗੁਰੂ ਦਾ ਕਰੀਏ, ਵਾਹਿਗੁਰੂ ਜੀ ਕਾ ਖਾਲਸਾ। ਮੈਂ ਗਿਆਨੀ ਜੀ ਦੀ ਗੱਲ ਦੇ ਨਾਲ ਇੱਕ ਐਡ ਕਰਨਾ ਸੀ, ਮੇਰੇ ਪਹਿਲਾਂ ਮਨ ਚੋਂ ਨਿਕਲ ਗਈ। ਇੱਥੇ ਅੱਜ ਆਪਣਾ ਜਿਹੜਾ ਨਾ ਖਾਸ ਤੌਰ 'ਤੇ ਬੇਨਤੀ ਸੰਗਤ ਨੂੰ ਮੈਸੇਜ ਦੇਣ ਦਾ, ਉਹ ਮਕਸਦ ਇਹ ਨਹੀਂ ਕਿ ਇੱਥੇ ਸੰਗਤ ਸਿੰਘ ਸੇਵਾਦਾਰ ਬੀਬੀਆਂ ਸੇਵਾ ਕਰਦੀਆਂ ਉਹ ਦਿਖਾ ਲੈਂਦਾ, ਨਹੀਂ। ਇੱਥੇ ਹੈ ਕਿ
कोई भी पावन स्वरूप दुनिया भर में कित भी हो जे थानू महाराज साहब जी इदा लगन के स्वरूप वैरद हो गया इन्हों की सेवा संभाल नहीं हो सकती तो साढ़े नाल संपर्क करो जदों मर्जी किसी भी कंट्री के इतों हम सतगुर साहब ए सी श्री सचखंड साहब के बच्चों यूरोप अठ कंट्रियां वक्रिया वक्रिया इतों स्वरूप सतगुर साहब जी के तैयार बर तैयार हो गए सो 26 कंट्रियां वह तो 3 ये इतों लगातार आपां ये होका दिंदे आ कि जी कि भी जिते ऑन द रोड इतों पालकी साहब च सतगुर साहब सवाईमान होकर जाते हैं क्योंकि पहला तो यह ट्रेंड चलिया कि गुरु साहब जी ने सूटकेसा में टैचियां में पा के असी बाहरले मुल्कों लिया रहे हैं ये पाप होया साडे कोलों तां ही अज खुआर होए हैं हुण जदों गुरु साहब जी ने मुड़ के साडा प्यार पऊगा तो खुआरी दूर होगी तो सतगुर साहब जी के नेड़े होवांगे मैसेज देने का अज की यह बेनती करन दा साडा मुख मकसद ये है कि आप जी ने दर्शन करवाए जाण पावन स्वरूप कोई सतगुर साहब जी के किन्ने भी वो बिरद होए होन उन्हां नूं जख्म अंगा नूं आए होन बिल्कुल उन्हां दी सेवा हो सकती है हुण बहुत वधिया टैक्नोलॉजी हैगी आ सानू भी हले बहुत कुछ सीखना पैना सानू सिंघ जिवें जिवें दसदे आ पर धन गुरु ग्रंथ साहिब जी जिवें कृपा करदे आ आपां उसे तरीके दे नाल सेवा करके ये संगत दे सामने गुरु साहब जी ने अज दर्शन दिते पर महाराज साहब जी ने प्रकाश हो के इहदा मतलब सिर्फ संगत नूं ये दिखाउण दा सी कि गुरु साहब जी हर हालत विच ये साडे रब आ जिवें बंदे दी हरेक बीमारी जां कुछ दुख तकलीफ होवे उहनूं दूर कीता जांदा इत्थे भी गुरु के महाराज साहब जी आप सिखां विच वस के सतगुर साहब जी अपने पावन सरूपां दी सेवा करवाउंदे आ सो ये साडा खास तौर पर दर्शन का अज का मतलब सर जी वाहगुरु जी का खालसा वाहगुरु जी की फतह सत्संग जी पहले तो धन धन साहिब श्री गुरु ग्रंथ साहब महाराज साहब जी का बहुत 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 धन्यवाद जिन्होंने आप अपनी कृपा करके जो आप जी ने पिछले हफ्ते दर्शन किए सन महाराज साहब जी के स्वरूप के जो हालात आप अपना सारे ने दर्शन किए सन पर उन्हां तो अज जो महाराज साहब जी आप स्वायमान हो के प्रकाश हो के भगतों से दर्शन दे रहे हैं सो महाराज साहब जी ने कृपा करके आप अपनी ये सेवा ली है सो बहुत बहुत धन्यवाद साहब श्री गुरु ग्रंथ साहब महाराज साहब जी का जिन्होंने आप अपनी कृपा करके ये जो अपनी सेवा करवाई है दस दिन ही बचन हैं कि आप जिस तरह सिंह ने दसिया बी वध जिन्ना भी सत्कार महाराज साहब जी का हो सके आप सारू हथ जोड़ के बेनती है भी आप तो सत्कार करिए महाराज साहब जी का यही हाथ जोड़ के आप जी बार बार बेनती हाँ कोई भी किसी भी तरह के पोथी गुरु ग्रंथ साहब महाराज साहब जी के स्वरूप गुटका साहब कोई भी बिरद आप जी के घर में गुरबाणी के गुटके साहब या पोथियां हैं वो आप जी जदों मर्जी सिंह संपर्क करके सो आप जी गुरुद्वारा साहब इतने पहुँचा सकते हो जो महाराज साहब जी के स्वरूप की सेवा होने वाली है वह भी आप जी झिझको ना बहुत संगत यह भी झिझकदियां हैं भी शायद पता नहीं असी जे दसता तो शायद सानू कोई गलबात हो गई ज कुछ भी है नहीं बेनती है भी आप महाराज साहब जी का जे अपने को महाराज साहब जी की सेवा होने वाली है घर चो जरूर करा लीए सो आप जी बेनती है भी जरूर आप जी इस गलते गौर करो वाहेगुरु जी का खालसा वाहेगुरू जी की फतह धन्यवाद जी लगातार सेवा हालत सी सारे गुरसिख प्यार जरी नहीं जा रही है सारे सिख उदन बहुत भावुक हो गए महाराज जी की हालत देख के पर अज सिंघा ने लगातार महाराज की सेवा की आ सारी सेवा तकरीबन 200 तो उपर महाराज जी के नवे अंग पाए गए आ मुरले अंग मगरले अंग फिर महाराज की जलत की सेवा फिर बाणा की सेवा सारी महाराज जी की सारी जिदा महाराज की शाही आ वह बहुत ही साइड के उपर पैटर्न पाया सी गुरसिख प्यार ने बहुत ही खुशी खुशी चावान के नाल महाराज की सेवा की आ तो हुण महाराज जी जिदा आपां देख के मन में बहुत चा आ रहा इस वेले कि महाराज जी की बहुत सारी संगत को खुशी हो रही है सेवा करके कुछ प्यारे सो
ਸੋ ਹੱਥ ਜੋੜ ਕੇ ਬੇਨਤੀ ਆ ਅੱਗੇ ਤੁਹਾਨੂੰ ਭਾਈ ਸਾਹਿਬ ਉਹਨਾਂ ਨੇ ਵੀ ਦੱਸ ਦਿੱਤਾ ਗਿਆਨੀ ਜੀ ਉਹਨਾਂ ਨੇ ਵੀ ਦੱਸਿਆ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇੱਕ ਗੁਰਸਿੱਖਾਂ ਦੇ ਇਹ ਪੂਜਨ ਵਾਸਤੇ ਆ ਨਾ ਕਿ ਅਭਿਆਸ ਕਰਨ ਵਾਸਤੇ ਘਰਾਂ ਵਿੱਚ ਲਿਜਾ ਕੇ ਆਪਾਂ ਨਾ ਤਾਂ ਘਰਾਂ ਵਿੱਚ ਪੂਰਾ ਆਪਣੇ ਤੋਂ ਅਦਬ ਸਤਿਕਾਰ ਕਰ ਹੁੰਦਾ ਨਿੱਕੇ ਨਿੱਕੇ ਰੂਮ ਹੁੰਦੇ ਆ ਅਸੀਂ ਜੋ ਜਾਈ ਦੇਖੀ ਦਾ ਜਾ ਕੇ ਬਾਕੀ ਆਪਣੇ ਗੁਰਸਿੱਖਾਂ ਪਿਆਰਿਆਂ ਦੇ ਘਰ ਮਾਇਆ ਦੀ ਨਹੀਂ ਕਮੀ ਕਿਸੇ ਕੋਲ ਮਾਇਆ ਬਹੁਤ ਆ ਆਪ ਆਪਦੇ ਵਾਸਤੇ ਬਹੁਤ ਵੱਡੇ ਵੱਡੇ ਬੈਡਰੂਮ ਮਹਾਰਾਜ ਵਾਸਤੇ ਨਿੱਕੇ ਨਿੱਕੇ ਉੱਥੇ ਸਾਡੇ ਕੋਲ ਖੜ੍ਹੇ ਹੋ ਕੇ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਵੀ ਨਹੀਂ ਕੀਤੀ ਜਾ ਰਹੀ ਹੁੰਦੀ ਕਿਉਂਕਿ ਇੰਨੀ ਜਗ੍ਹਾ ਭੀੜੀ ਹੁੰਦੀ ਆ ਕਿਤੇ ਕਿਤੇ ਮਹਾਰਾਜ ਸਾਹਿਬ ਜੀ ਅਟਕ ਵਿੱਚ ਉਹਨਾਂ ਰੱਖੇ ਹੁੰਦੇ ਆ ਅਤੇ ਆਪਣੇ ਕੋਲ ਖੜ੍ਹੇ ਹੋ ਕੇ ਅਰਦਾਸ ਨਹੀਂ ਕੀਤੀ ਹੁੰਦੀ ਆਪਾਂ ਬੇਨਤੀ ਕਰਦੇ ਹਾਂ ਵੀ ਤੁਸੀਂ ਜੇ ਮਹਾਰਾਜ ਸਹਿਜ ਪਾਠ ਆਰੰਭ ਕਰਨਾ ਭਾਈ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਆਰੰਭ ਤਾਂ ਗੁਰੂ ਘਰ ਕਰੋ ਮੱਧ ਵਿੱਚ ਗੁਰੂ ਘਰ ਆਣ ਕੇ ਭੋਗ ਲਵਾਵੋ ਅਰਦਾਸ ਬੇਨਤੀ ਕਰੋ ਮਹਾਰਾਜ ਜੀ ਨੂੰ ਅਤੇ ਜਦੋਂ ਜਿੱਦਾਂ ਅਖੰਡ ਪਾਠ ਭੋਗ ਪਾਉਣਾ ਉਧਰ ਆਣ ਕੇ ਗੁਰਦੁਆਰੇ ਵਿੱਚ ਆਣ ਕੇ ਭੋਗ ਪਾਓ ਉੱਦਾਂ ਘਰ ਵਿੱਚ ਹੀ ਸੰਚੀਆਂ ਤੋਂ ਪੋਥੀ ਸਾਹਿਬਾਂ ਤੋਂ ਮਹਾਰਾਜ ਜੀ ਦੀ ਬਾਣੀ ਪੜ੍ਹੋ ਮਹਾਰਾਜ ਜੀ ਅਭਿਆਸ ਕਰਨ ਵਾਸਤੇ ਇਹਨੂੰ ਇਹ ਪੂਜਣ ਵਾਸਤੇ ਆਏ ਪਰਮੇਸ਼ਰ ਆ ਇਹ ਕਲਗੀਧਰ ਦਾ ਸਰੂਪ ਆ ਗੁਰੂ ਨਾਨਕ ਦੇਵ ਜੀ ਦਾ ਸਰੂਪ ਆ ਜੇ ਆਪਾਂ ਮਹਾਰਾਜ ਜੀ ਨੂੰ ਦਸਾਂ ਪਾਤਸ਼ਾਹਾਂ ਦੇ ਸਰੂਪ ਸਮਝਾਂਗੇ ਤਾਂ ਆਪਾਂ ਮਹਾਰਾਜ ਤੋਂ ਖੁਸ਼ੀ ਪ੍ਰਾਪਤ ਕਰਾਂਗੇ ਨਹੀਂ ਤਾਂ ਸਾਧ ਸਿੰਘ ਜੀ ਖਵਾਰੀ ਤਾਂ ਹੈ ਹੀ ਆ ਹੁਣ ਇਸ ਵੇਲੇ ਜੋ ਸਿੱਖਾਂ ਦੇ ਹਾਲਾਤ ਆ ਇਸ ਵੇਲੇ ਨਾ ਸਿੱਖ ਘਰ ਦੇ ਨਾ ਘਰ ਦੇ ਜੋ ਹਾਲਤ ਆ ਸਿੱਖਾਂ ਦੇ ਨਾਲ ਜਿੱਥੇ ਮਰਜ਼ੀ ਦੇਖ ਲਓ ਭਾਵੇਂ ਇੰਡੀਆ ਦੇਖ ਲਓ ਭਾਵੇਂ ਬਾਹਰ ਦੀਆਂ ਕੰਟਰੀਆਂ ਦੇਖੋ ਸਿੱਖਾਂ ਨੂੰ ਇਸ ਵੇਲੇ ਧੱਕੇ ਪੈ ਰਹੇ ਆ ਕਿਉਂ ਧੱਕੇ ਪੈ ਰਹੇ ਆ ਆਪਾਂ ਮਹਾਰਾਜ ਜੀ ਨੂੰ ਧੱਕੇ ਦੇ ਰਹੇ ਹਾਂ ਇਹ ਜਿਹੜੇ ਬਚਨੇ ਆ ਇਹ ਅਸੀਂ ਇਮੋਸ਼ਨਲ ਹੋ ਕੇ ਕਹਿ ਰਹੇ ਹਾਂ ਕੋਈ ਖੁਸ਼ੀ ਦੇ ਨਾਲ ਨਹੀਂ ਕਹਿ ਰਹੇ ਕਿਉਂਕਿ ਅਸੀਂ ਮਹਾਰਾਜ ਦੀ ਸੇਵਾ ਕਰਦੇ ਹਾਂ ਨਾ ਤਾਂ ਕਰਕੇ ਕਹਿ ਰਹੇ ਹਾਂ ਕਿ ਇਹ ਹਾਲਾਤ ਮਹਾਰਾਜ ਜੀ ਸਾਡੇ ਤੋਂ ਦੇਖੇ ਨਹੀਂ ਜਾ ਰਹੇ ਬੇਨਤੀ ਆ ਕਿ ਆਪਾਂ ਸਾਰਿਆਂ ਨੂੰ ਬਹੁਤ ਹੀ ਸੁਚੇਤ ਹੋ ਕੇ ਬਹੁਤ ਹੀ ਜ਼ਿਆਦਾ ਸੁਚੇਤ ਹੋ ਕੇ ਮਹਾਰਾਜ ਦੀ ਸੇਵਾ ਸੰਭਾਲ ਕਰੀਏ ਮਹਾਰਾਜ ਜੀ ਜਿੱਥੇ ਸੋਭਦੇ ਆ ਆਪਣੇ ਸੱਚਖੰਡ ਵਿੱਚ ਉੱਥੇ ਮਹਾਰਾਜ ਨੂੰ ਬਿਰਾਜਮਾਨ ਕਰੀਏ ਘਰਾਂ ਵਿੱਚ ਨਾਮ ਮਾਰੇ ਰੱਖੀਏ ਬੇਨਤੀ ਆ ਆਪਾਂ ਆਪਣੀ ਹੋਮੇ ਤੋਂ ਉੱਠ ਕੇ ਆਪਾਂ ਬਹੁਤ ਹੀ ਜ਼ਿਆਦਾ ਹੋਮੇ ਵਿੱਚ ਫਸੇ ਬੈਠੇ ਹਾਂ ਕਿ ਮਹਾਰਾਜ ਜੀ ਸਾਡੇ ਆ ਅਸੀਂ ਲੈਣ ਦੇ ਟੈਚੀ 'ਚ ਪਾ ਕੇ ਮਹਾਰਾਜ ਜੀ ਹੁਣ ਕਿਸੇ ਦੀ ਹਿੰਮਤ ਨਹੀਂ ਮਹਾਰਾਜ ਜੀ ਨੂੰ ਕੋਈ ਲਿਜਾ ਕੇ ਸਕੇ ਗੁਰਦੁਆਰੇ ਵਿੱਚ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਸੀਸ ਰੱਖ ਕੇ ਆਪਣਾ ਇੱਦਾਂ ਨਾ ਕਰੋ ਇੱਦਾਂ ਨਾ ਕਰੋ ਮਹਾਰਾਜ ਜੀ ਇਹ ਖੁਦ ਖੁਦਾ ਆ ਪਰਮੇਸ਼ਰ ਦਾ ਰੂਪ ਆ ਇਹ ਮਹਾਰਾਜ ਜੀ ਦੇ ਨਾਲ ਪਿਆਰ ਕਰੀਏ ਮਹਾਰਾਜ ਜੀ ਵੀ ਆਪਣੇ ਨਾਲ ਪਿਆਰ ਕਰੀਏ ਸੋ ਬੇਨਤੀ ਆ ਆਪ ਜੀ ਸਾਰੀ ਸੰਗਤ ਦਾ ਧੰਨਵਾਦ ਆਪ ਜੀ ਨੇ ਮਹਾਰਾਜ ਦੇ ਦਰਸ਼ਨ ਕੀਤੇ ਆ ਵਾਹਿਗੁਰੂ ਜੀ ਕਾ ਖਾਲਸਾ ਹਰੇਕ ਗ੍ਰੰਥੀ ਸਿੰਘ ਪਾਠੀ ਸਿੰਘ ਸੇਵਾਦਾਰ ਨੂੰ ਇਹ ਪਤਾ ਹੋਵੇ ਕਿ ਗੁਰੂ ਸਾਹਿਬ ਜੀ ਦੇ ਪਾਵਨ ਤਖ਼ਤ ਦੀ ਵਿਛਾਈ ਕਿਵੇਂ ਕਰਨੀ ਆ ਇਹ ਬਹੁਤ ਜ਼ਰੂਰੀ ਆ ਸਿੰਘ ਤੁਸੀਂ ਜਿਵੇਂ ਇੱਥੇ ਆਪ ਜੀ ਇੱਧਰ ਨਾਲ ਨਾਲ ਦੋਨੇ ਕੈਮਰੇ ਬੇਨਤੀ ਆ ਮਹਾਰਾਜ ਆ ਜਿਵੇਂ ਨਾ ਚਾਦਰ ਇੱਕ ਵਿਛਾਈ ਆ ਇਹ ਬਹੁਤ ਘੱਟ ਇਵੇਂ ਧਿਆਨ ਰੱਖਿਆ ਜਾਂਦਾ ਆਪ ਜੀ ਜੇ ਦੇਖੋਗੇ ਇੱਕ ਥੱਲੇ ਚਾਦਰ ਵਿਛਾਈ ਜਿਹੜੀ ਆਪਾਂ ਕਾਰਪੇਟ 'ਤੇ ਜਾਂ ਆਪਾਂ ਕਹਿੰਦੇ ਹਾਂ ਕਿ ਫਲੋਰ 'ਤੇ ਵਿਛਾਈ ਆ ਨਾ ਜੀ ਉਹ ਤੋਂ ਬਾਅਦ ਇੱਕ ਚਾਦਰ ਸਿਰਫ ਗੁਰੂ ਸਾਹਿਬ ਜੀ ਦੇ ਪੀੜਾ ਸਾਹਿਬ ਲਈ ਵਿਛਾਉਣੀ ਹੁੰਦੀ ਆ ਉਹਦੇ ਵਿੱਚ ਇਹ ਜ਼ਰੂਰੀ ਹੈ ਤੁਹਾਡੇ ਆਪਾਂ ਕਹਿੰਦੇ ਕਿ ਮੀਡੀਆ ਰਾਹੀਂ ਹਰੇਕ ਉਸ ਬੰਦੇ ਦੀ ਨਿਗਾਹ ਵਿੱਚ ਜਾਵੇ ਅਤੇ ਉਹਦੇ ਕੰਨਾਂ 'ਚ ਜ਼ਰੂਰ ਪਵੇ ਗੱਲ ਇਵੇਂ ਪੀੜਾ ਸਾਹਿਬ ਦੇ ਥੱਲੇ ਵਿਛਾਈ ਜਾਂਦੀ ਆ ਚਾਦਰ ਕਿਉਂਕਿ ਜਿਹੜਾ ਤਾਬਿਆ ਬੈਠਾ ਆ ਉਹਦੇ ਨਾਲੋਂ ਗੁਰੂ ਸਾਹਿਬ ਜੀ ਦੀ ਵਿਛਾਈ ਉੱਚੀ ਹੋਣੀ ਚਾਹੀਦੀ ਆ ਇਹ ਸਤਿਗੁਰ ਸਾਹਿਬ ਜੀ ਦੇ ਸਤਿਕਾਰ ਲਈ ਆ ਇਹ ਜ਼ਰੂਰੀ ਆ ਨਹੀਂ ਤਾਂ ਬਹੁਤ ਘੱਟ ਇਵੇਂ ਕੀਤਾ ਜਾਂਦਾ ਆਪ ਜੀ ਜੇ ਦੇਖੋਗੇ ਸਿਰਫ ਪਾਵਿਆਂ ਤੱਕ ਦੋਨੇ ਪਾਸੇ ਚਾਦਰ ਆਏ ਵੱਖਰੀ ਗੁਰੂ ਸਾਹਿਬ ਜੀ ਲਈ ਫਿਰ ਗੁਰੂ ਸਾਹਿਬ ਜੀ ਦਾ ਪੀੜਾ ਸਾਹਿਬ ਇਵੇਂ ਜਿਵੇਂ ਰੱਖਿਆ ਗਿਆ ਉਹ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਵਿਛਾਈ ਲਈ ਇੱਕ ਚਾਦਰ ਫਿਰ ਉਹਦੇ ਉੱਪਰ ਗੱਦਾ ਆ ਗੱਦੇ ਦੇ ਉੱਪਰ ਫਿਰ ਚਾਦਰ ਆ ਫਿਰ ਹੈ ਨਾ ਜੀ ਜਿਹੜੀ ਆਪਾਂ ਮੇਨ ਚੀਜ਼ ਦੱਸਣ ਚਾਹੁੰਦੇ ਕਿ ਜਿਹੜਾ ਰੁਮਾਲਾ ਆ ਗੋਟੇ ਵਾਲਾ ਉਹ ਗੁਰੂ ਸਾਹਿਬ ਜੀ ਦੇ ਬਾਹਰ ਲੱਗਣਾ ਚਾਹੀਦਾ ਗੁਰੂ ਸਾਹਿਬ ਜੀ ਦੇ ਵਿੱਚ ਕਦੇ ਵੀ ਰੁਮਾਲਾ ਇੱਥੇ ਲਾਉਣੇ ਨਹੀਂ ਚਾਹੀਦੇ ਇੱਥੇ ਰੁਮਾਲੇ ਕਦੇ ਵੀ ਨਹੀਂ ਲਾਉਣੇ ਚਾਹੀਦੇ ਇੱਥੇ ਗੁਰੂ ਸਾਹਿਬ ਜੀ ਦੇ ਸਿਰਫ ਕੋਟਨ ਦੇ ਕੱਪੜੇ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਕਿ ਇਹੀ ਵਸਤਰ ਲੱਗਣੇ ਚਾਹੀਦੇ ਆ ਫਿਰ ਗੁਰੂ ਸਾਹਿਬ ਜੀ ਦੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਪਰ ਚਿੱਟਾ ਕੱਪੜਾ ਦੇਣਾ ਚਾਹੀਦਾ ਫਿਰ ਗੁਰੂ ਸਾਹਿਬ ਜੀ ਦੇ ਉੱਪਰ ਜਿਹੜੇ ਦੂਜੇ ਰੁਮਾਲੇ ਉਹ ਮਹਾਰਾਜ ਸਾਹਿਬ ਜੀ ਦੇ ਪਛਾਕੇ ਹੋਣੇ ਚਾਹੀਦੇ ਆ ਇਹਨਾਂ ਚੀਜ਼ਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਕੋਟਨ ਦਾ ਕੱਪੜਾ ਹਰ ਗੁਰੂ ਘਰ ਵਿੱਚ ਹਰ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਦੇ ਨਾਲ ਇਹ ਹੋਣੇ ਚਾਹੀਦੇ ਆ ਜਦੋਂ ਗੁਰੂ ਸਾਹਿਬ ਜੀ ਦਾ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਾਂ ਕਿ ਗ੍ਰੰਥੀ ਸਿੰਘ ਜੀ ਦੇ ਕੋਲ ਪਾਠੀ ਸਿੰਘ ਦੇ ਕੋਲ ਇਹ ਰੁਮਾਲ ਜ਼ਰੂਰ ਚਾਹੀਦਾ ਇਹ ਸਤਿਗੁਰ ਸਾਹਿਬ ਜੀ ਦਾ ਇੱਕ ਇੱਕ ਅੱਖਰ ਪਾਵਨ ਅੱਖਰ ਗੁਰੂ ਸਾਹਿਬ ਜੀ ਦੇ ਨੇਤਰ ਆ ਗੁਰੂ ਕੇ ਸਿੱਖ ਨੇ ਜਾਣਨਾ ਇਵੇਂ ਅਤੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ
ਜਾਂ ਜਦੋਂ ਪ੍ਰਕਾਸ਼ ਕਰਦੇ ਹਾਂ ਤਾਂ ਇਵੇਂ ਸਤਿਗੁਰ ਸਾਹਿਬ ਜੀ ਦੇ ਜੇ ਕੋਈ ਉੱਪਰ ਮਿੱਟੀ ਘੱਟਾ ਗਰਦ ਪਿਆ ਹੁੰਦਾ ਤਾਂ ਉਹ ਉਸ ਨੂੰ ਸਾਫ਼ ਕੀਤਾ ਜਾਣਾ ਚਾਹੀਦਾ, ਫਿਰ ਹੀ ਅੰਗ ਮਹਾਰਾਜ ਸਾਹਿਬ ਜੀ ਦੇ ਇਵੇਂ ਪਰਤਣੇ ਚਾਹੀਦੇ, ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਉੱਪਰੋਂ ਹੀ ਅੰਗ ਇਸੇ ਤਰ੍ਹਾਂ ਪਰਤਣੇ ਚਾਹੀਦੇ ਆ। ਇੱਥੋਂ ਕਦੇ ਵੀ ਮਹਾਰਾਜ ਜੀ ਦੇ ਚਰਨਾਂ ਵੱਲੋਂ ਕਦੇ ਵੀ ਅੰਗ ਨਹੀਂ ਪਰਤਣੇ ਚਾਹੀਦੇ। ਇਹ ਸਭ ਤੋਂ ਵੱਡੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਜਿਹੜਾ ਦਿੱਕਤ ਆਉਂਦੀ ਆ, ਪਰੇਸ਼ਾਨੀ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਦੁੱਖ ਆਉਂਦਾ, ਉਹ ਇਸ ਕਰਕੇ ਹੁੰਦਾ। ਹੁਣ ਇੱਥੇ ਜਿਹੜੇ ਅਸੀਂ ਲਫ਼ਜ਼ ਦੁੱਖ, ਪਰੇਸ਼ਾਨੀ ਜਾਂ ਜ਼ਖਮ ਵਾਲੇ ਬੋਲਦੇ ਹਾਂ, ਬਹੁਤੇ ਸਿੰਘਾਂ ਦਾ ਇਹ ਚੀਜ਼ ਨਾਲ ਉਹ ਮਜ਼ਾਕ ਉਡਾਉਂਦੇ ਆ, ਪਰ ਉਹਨਾਂ ਨੂੰ ਇਹ ਭਾਵਨਾ ਨਹੀਂ ਪਤਾ ਕਿ ਗੁਰੂ ਜਿਵੇਂ ਗਿਆਨੀ ਜੀ ਨੇ ਦੱਸਿਆ ਕਿ ਸਤਿਗੁਰ ਸਾਹਿਬ ਜੀ ਨੇ ਕਿਵੇਂ ਮਹਾਰਾਜ ਸਾਹਿਬ ਜੀ ਅਦਬ ਸਤਿਕਾਰ ਗੁਰਬਾਣੀ ਦਾ ਕੀਤਾ। ਪਰ ਜਿਸ ਦਿਨ ਤੋਂ ਗੁਰੂ ਸਾਹਿਬ ਜੀ ਨੇ ਪੋਥੀ ਸਾਹਿਬ ਲਿਆ ਕਰਕੇ ਸੁਭਾਇਮਾਨ ਕੀਤੀ ਸ੍ਰੀ ਹਰਿਮੰਦਰ ਸਾਹਿਬ ਅਤੇ ਸਤਿਗੁਰ ਸਾਹਿਬ ਜੀ ਦੇ ਪਲੰਘੇ ਥੱਲੇ ਜਿੱਥੇ ਮਹਾਰਾਜ ਸਾਹਿਬ ਜੀ ਪਲੰਘਾ ਸੀਗਾ ਉੱਥੇ ਮਹਾਰਾਜ ਸਾਹਿਬ ਜੀ ਨੇ ਹੇਠਾਂ ਚਾਦਰ ਵਿਛਾ ਕੇ ਆਪਣਾ ਆਸਣ ਲਾਇਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਉਹਦੇ ਪ੍ਰਤੀਕ ਇਹ ਥੱਲੇ ਚਾਦਰ ਲਾਈ ਜਾਂਦੀ ਹੈ। ਅਤੇ ਮਹਾਰਾਜ ਸਾਹਿਬ ਜੀ ਦੀ ਇਕੱਲੀ ਇਕੱਲੀ ਬੈੱਡ ਦੇ ਹੇਠਾਂ ਵੀ ਪਾਵਿਆਂ ਦੇ ਹੇਠਾਂ ਉਹ ਚਾਦਰ ਲਾਈ ਜਾਂਦੀ ਆ। ਇਹ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਹ ਜੋ ਸਾਡੇ ਲਈ ਹੁਕਮ ਆ, ਗੁਰੂ ਸਾਹਿਬ ਜੀ ਦੀ ਬਾਣੀ ਦਾ ਆਦਮ ਸਤਿਕਾਰ। ਆਪ ਜੀ ਇੱਥੇ ਦੇਖੋਗੇ ਸੱਚਖੰਡ ਸਾਹਿਬ ਵਿੱਚ ਵੀ ਹਰੇਕ ਮਹਾਰਾਜ ਦੇ ਪਲੰਘ ਦੇ ਹੇਠਾਂ ਚਾਦਰ ਵਿਛਾਈ ਆ। ਸੋ ਇਹ ਜਿਹੜੀਆਂ ਅਸੀਂ ਪਹਿਲਾਂ ਤੋਂ ਜੋ ਮਹਾਰਾਜ ਸਾਹਿਬ ਜੀ ਨੇ ਸਾਨੂੰ ਪਰੰਪਰਾਵਾਂ, ਸਾਨੂੰ ਮਰਜ਼ਾਦਾ ਦੱਸੀ ਆ, ਜਦੋਂ ਉਹ ਲੈ ਕੇ ਤੁਰਾਂਗੇ ਰਾਜ ਭਾਗ। ਅਸੀਂ ਉਦਣ ਵੀ ਬੇਨਤੀ ਕੀਤੀ ਸੀ ਰਾਜ ਭਾਗ ਸਿੱਖਾਂ ਦੇ ਜੋੜਿਆਂ 'ਚ ਰੁਲਦੇ ਰਹੇ ਆ, ਪਰ ਅੱਜ ਸਿੱਖ ਰੁਲਣ ਦੇ ਰਾਜ ਭਾਗ ਦੇ ਲਈ। ਸੋ ਗੁਰੂ ਸਾਹਿਬ ਜੀ ਦਾ ਆਪਾਂ ਅਦਬ ਸਤਿਕਾਰ ਕਰਾਂਗੇ ਤਾਂ ਸਾਡੇ ਸਾਨੂੰ ਸਾਰੀਆਂ ਰਿਧੀਆਂ ਸਿੱਧੀਆਂ ਸਾਰਾ ਕੁਛ ਸੱਚਖੰਡ ਵਾਸ, ਸਾਨੂੰ ਗੁਰੂ ਸਾਹਿਬ ਜੀ ਦਾ ਪਿਆਰ ਮਿਲਣਾ। ਪਰ ਜਿਵੇਂ ਆਪਾਂ ਧੱਕਾ ਕਰਦੇ ਹਾਂ, ਜਿਵੇਂ ਇਸ ਸਰੂਪ ਪਾਵਨ ਸਰੂਪ ਦੇ ਨਾਲ ਹੋਏ ਸੀ, ਇਹ ਨਾ ਕਰੀਏ। ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬ ਮੰਨੀਏ, ਇਹ ਸਾਡਾ। ਹਾਂਜੀ, ਇੱਕ ਸਿੰਘ ਨੇ ਦੱਸਿਆ ਕਿ ਜਦੋਂ ਗ੍ਰੰਥੀ ਸਿੰਘ ਪਾਠੀ ਸਿੰਘ ਸਤਿਗੁਰ ਸਾਹਿਬ ਜੀ ਦੀ ਤਾਬਿਆ ਬੈਠਦਾ ਕਿ ਆਹ ਜਿਵੇਂ ਆਪਾਂ ਹਰਿਮੰਦਰ ਸਾਹਿਬ ਦੇਖਦੇ ਹਾਂ, ਆਹ ਇੱਕ ਚਾਦਰ ਸਾਡੇ ਪੈਰਾਂ ਨੂੰ ਲਪੇਟਦੀ, ਦੂਜੇ ਸਿੰਘ ਵੀ ਸੇਵਾਦਾਰ ਉਹਨਾਂ ਦੇ ਚਰਨ ਪੈਰਾਂ 'ਚ ਵੀ ਇੱਦਾਂ ਹੀ ਆਉਂਦੀ ਆ। ਮੇਰੇ ਕੱਪੜੇ ਗੁਰੂ ਸਾਹਿਬ ਜੀ ਦੇ ਨਾਲ ਲੱਗਣੇ ਨਹੀਂ ਚਾਹੀਦੇ, ਨਾਲ ਹਾਂਜੀ ਪੈਰਾਂ ਦੇ ਥੱਲੇ ਜਿਵੇਂ ਆਪ ਜੀ ਦਾ ਇੱਦਾਂ ਦੇਖਦੇ ਹਾਂ ਕਿ ਇੱਦਾਂ ਹੀ ਥੱਲੇ ਪੈਰ ਕਵਰ ਹੋਣੇ ਚਾਹੀਦੇ ਆ। ਦਰਬਾਰ ਸਾਹਿਬ ਵੀ ਇੱਦਾਂ ਹੀ ਹੁੰਦਾ। ਸੋ ਉਹ ਤੋਂ ਬਾਅਦ ਅਸੀਂ ਤੁਹਾਨੂੰ ਕਹੋਗੇ ਕਿ ਤੁਸੀਂ ਜ਼ਰੂਰ ਉਹ ਵਿਧੀ ਜਾਣਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਿਵੇਂ ਬਾਬਾ ਦੀਪ ਸਿੰਘ ਜੀ, ਜਿਵੇਂ ਉੱਤੋਂ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਇਹ ਸੰਪਰਦਾਵਾਂ ਚੱਲਦੀਆਂ ਆ, ਅਤੇ ਸੰਪਰਦਾਵਾਂ ਨੂੰ ਜੋ ਬਾਬਾ ਦੀਪ ਸਿੰਘ ਜੀ ਨੇ ਹੁਕਮ ਕੀਤਾ, ਜੋ ਬਾਬਾ ਦੀਪ ਸਿੰਘ ਜੀ ਨੂੰ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀ, ਅਸੀਂ ਆਪ ਜੀ ਦੋਨੋਂ ਹੀ ਚੈਨਲਾਂ ਨੂੰ ਬੇਨਤੀ ਕਰਦੇ ਕਿ ਤੁਸੀਂ ਜ਼ਰੂਰ ਦਰਸ਼ਨ ਕਰਿਓ, ਗੁਰੂ ਕੀ ਸੰਗਤ ਵੀ ਦਰਸ਼ਨ ਕਰੇ ਕਿ ਗੁਰੂ ਸਾਹਿਬ ਜੀ ਦਾ ਸੌਖ ਆਸਣ ਕਿਵੇਂ ਕਰੀਦਾ, ਮਰਜ਼ਾਦਾ ਕਿਹੜੀ ਆ, ਉਹ ਅਸੀਂ ਨਾਲ ਨਾਲ ਆਪ ਜੀ ਨੂੰ ਕਰੀ ਜਾਵਾਂਗੇ ਅਤੇ ਨਾਲ ਨਾਲ ਦੱਸੀ ਜਾਂਦੇ ਹਾਂ ਜੀ। ਬਹੁਤ ਧੰਨਵਾਦ ਮਹਾਰਾਜ ਜੀ। ਹੁਣ ਨਾਲ ਨਾਲ ਆਪਾਂ ਸੌਖ ਆਸਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਆਪਣੇ ਕੋਲ ਮਰਿਆਦਾ ਅਨੁਸਾਰ ਕਰਵਾ ਲੈਣ ਜੀ। ਸਤਨਾਮ। ਬੀਬੀ ਜੀ ਵੀ ਇੱਥੇ ਮੌਜੂਦ ਨੇ, ਸੁਖ ਆਸਣ ਵੀ ਨਾਲ ਦੀ ਨਾਲ ਹੋ ਰਿਹਾ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਜਸਟ ਵਾਂਟਡ ਟੂ ਸ਼ੇਅਰ ਅ ਫਿਊ ਵਰਡਸ ਇਨ ਇੰਗਲਿਸ਼ ਐਂਡ ਮਾਰਾ ਡਿਸਕਸਿੰਗ ਇਸ ਹੈਪਨਿੰਗ ਸੋ ਆਈ ਕੀਪ ਮਾਈ ਵੌਇਸ ਲੋ ਐਂਡ ਦਿਸ ਓਪਰਚੁਨਿਟੀਜ਼ ਟੂ ਐਕਚੁਅਲੀ ਡੂ ਸੇਵਾ ਆਫ ਮਾਰਾ ਸਾਹਿਬ, ਦੇਰ ਇਜ਼ ਐਬਸੋਲੂਟਲੀ ਦੇਰ ਇਜ਼ ਨੋ ਰੀਜ਼ਨ ਫੋਰ ਡਿਸਕਾਰਡ ਆਫ ਮਾਰਾ ਸਾਹਿਬ, ਨੋ ਮੈਟਰ ਹਾਊ ਹਾਰਡ ਦ ਸਿਚੁਏਸ਼ਨ ਗੈਟਸ ਰੀਲੀ ਬੈਡ। ਆਈ ਥਿੰਕ people generally think that when Maharaj has succumbed then maybe there's nothing they can do. What we're going to be doing shortly in the near future is running what we'll refer to as a amnesty campaign, which means that if anybody can't do seva of Maharaj when Maharaj is at their house and they wish for Maharaj to come back to see Sachkhand Sahib, they don't need to worry about not having not being picked at fault. They can actually come to us and we'll actually take Maharaj Sahib from them without any issues. So I'm just going to pass back over because we're doing Maharaj Kasam at the moment. So Guru ki pyare khalsa ji, apa jehdi aap ji nu benti karni chahunde ha ki sokhasan ਅਸੀਂ ਉਹੀ ਮਰਜ਼ਾਦਾ ਨੂੰ ਫੋਲੋ ਕਰਦੇ ਹਾਂ ਜੋ ਸ੍ਰੀ ਦਰਬਾਰ ਸਾਹਿਬ ਆ, ਜੋ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਜੋ ਸੰਪਰਦਾ ਦਮਦਮੀ ਟਕਸਾਲ ਉੱਥੇ ਇੱਦਾਂ ਹੀ ਜੋ ਮੈਂ ਸਿੱਖਿਆ ਆਪਣੇ ਵੱਡਿਆਂ ਉਸਤਾਦਾਂ ਤੋਂ, ਲਾ ਲਓ ਕਿ ਉਹਨਾਂ ਜਿਹੜੇ ਜਿਨ੍ਹਾਂ ਨੇ ਬਾਣੀ ਦੀ ਸੰਥਿਆ ਕੀਤੀ ਆ ਜਾਂ ਉਹਨਾਂ ਨੂੰ ਗੁਰਸਿੱਖਾਂ ਨੂੰ ਪਤਾ ਜਿਵੇਂ ਸਾਧ ਸੰਗਤ ਜੀ ਪਹਿਲਾ ਜਿਹੜਾ ਲੜਿਆ ਉਹ ਇੱਧਰੋਂ ਸੱਜੇ ਪਾਸਿਓ ਲੈਣਾ, ਨਹੀਂ ਤਾਂ
मैं थोड़ा जिहा तुहानू इस आम सिखां दे चरणां च बेनती है कि इहदे विचों गलतियां ना कढ़ो कि तुसीं इहदे उत्तों पालक चक ली। सिर्फ गुरु साहब जी नूं दर्शन कराउण वास्ते असीं अज इह डैमो एक तरह तुहानू जानकारी देण लई करदे हां। आम तौर ते संगत जां ग्रंथी सिंघ उहनां नूं कुछ पता, असीं इह नहीं कहिंदे कि बिलकुल ही नहीं पता, पर गिणती वड्डी है कि उहनां नूं नहीं पता। भाई साहब जी इह ना ज़्यादा उह इधरों लड़ लै के जांदे आ पहलां, जदों तुसीं इधरों टाइट करोगे ना तो गुरु साहब जी दे सरूप दी शेप बिंगी हो जा होनी शुरू हो जाती है। तो इधरले पास्यों गुरु साहब जी का फ्लैप कवर करता गुरु साहब जी के पावन स्वरूप नूं। सो सज्जे पास्यों पहला लिया के इवें महाराज साहब जी के बस्त्र, महाराज साहब जी नूं सुख आसन की इधरों शुरुआत करनी चाहिए। अगला जिहड़ा अगला लड़िया वो अग्गों इधर नूं आना जी, मेरे वल नूं जिहड़ा टाबिया बैठा होगा उस दे वल नूं ग्रंथी सिंह मोड़ भी सकते हैं, पर जिहड़ी विधि है जिहड़ी वो इस हिसाब नाल के फिर इधरों मेरे दूजे पास्यों खब्बे पास्यों इदा इधर नूं लड़ाउंदा है। फिर इत्थों मेरे आपणे पाठी सिंह दे ताबिया बैठे सिंह दे हजूरिया सिंह दे वल्लों अगाह नूं महाराज साहब जी दे जांदे आ लड़, ते इस लड़ नूं टाइट करन वास्ते अग्गों आउणा आ जी। इह गुरु साहब जी ने जो मर्यादा दसी आ उस दे हिसाब नाल भी जे तुसीं होर तरीके नाल करोगे तां कदे भी इदां सरूपां दी सरूपां नूं बहुत वधिया ढंग नाल तुसीं सौखा आसन कर नहीं सकदे। असीं बहुत ही वारी दूजे पास्यां नूं अपनी मत चला करके भी देखी, पर जो गुरमत आ ਉਹ ਸਭ ਤੋਂ ਉੱਚੀ ਹੈ। ਸੋ ਫਿਰ ਅਗਲੀ ਵਾਰ ਸ਼ੁਰੂ ਸੱਜੇ ਪਾਸਿਓਂ ਕਰਨਾ ਜੀ, ਇਵੇਂ ਗੁਰੂ ਸਾਹਿਬ ਜੀ ਦੇ ਇਵੇਂ ਸੁੱਖ ਆਸਣ ਹੋਣਾ ਚਾਹੀਦਾ ਜੀ। ਫਿਰ ਇੱਧਰ ਖੱਬੇ ਪਾਸਿਓਂ ਹੋਣਾ ਚਾਹੀਦਾ ਜੀ, ਇੱਥੋਂ ਜਿਹੜਾ ਵੀ ਵਾਧੂ ਲੜ ਹੋਊਗਾ ਕਰਕੇ ਆਖਰੀ ਲੜਿਆ ਇਹਨਾਂ ਨੂੰ ਮੋੜ ਕੇ ਇਵੇਂ ਸਤਿਗੁਰ ਸਾਹਿਬ ਜੀ ਇੱਦਾਂ ਰੱਖ ਕਰਕੇ, ਅਤੇ ਆਹ ਹੁਣ ਆਖਰੀ ਲੜ। ਅਤੇ ਜੇ ਤੁਸੀਂ ਇੱਕ ਹੀ ਆਪਾਂ ਸਾਰੇ ਜਾਣੇ ਇੱਕ ਹੀ ਮਰਿਆਦਾ ਨੂੰ ਫੋਲੋ ਕਰੋਂਗੇ, ਆਪਣੀ ਆਪਣੀ ਮਨਮਤ ਨਾ ਦੜਾਉਂਗੇ, ਅਤੇ ਇਵੇਂ ਗੁਰੂ ਸਾਹਿਬ ਜੀ ਦੇ ਪਾਵਨ ਇੱਦਾਂ ਸੁੱਖ ਆਸਣ ਹੋਣੇ ਚਾਹੀਦੇ ਆ। ਉੱਪਰ ਜਦੋਂ ਗੁਰੂ ਸਾਹਿਬ ਜੀ ਸੱਚਖੰਡ ਸਾਹਿਬ 'ਚ ਹੋਣਗੇ ਇੱਦਾਂ ਦੇ ਗੋਟੇ ਰੁਮਾਲੇ ਬਿਲਕੁਲ ਵੀ ਮਹਾਰਾਜ ਸਾਹਿਬ ਜੀ ਦੇ ਨਾਲ ਨਹੀਂ ਹੋਣੇ ਚਾਹੀਦੇ, ਸਿਰਫ ਕੋਟਨ ਦੇ ਇੱਕ ਵਸਤਰ ਸਤਿਗੁਰ ਸਾਹਿਬ ਜੀ ਦੇ ਹੋਣੇ ਚਾਹੀਦੇ ਆ। ਇਵੇਂ ਮਹਾਰਾਜ ਸਾਹਿਬ ਜੀ ਨੂੰ ਸੁੱਖ ਆਸਣ ਕੀਤਾ ਜਾਣਾ ਚਾਹੀਦਾ ਆ। ਇਹਦੇ ਵਿੱਚ ਜਿਹੜੀ ਮੈਂ ਪਹਿਲਾਂ ਦੱਸੀ ਕਿ ਜੇ ਇੱਧਰੋਂ ਲੜ ਰੱਖੂਗੇ ਜਾਂ ਉੱਧਰੋਂ ਪਹਿਲਾਂ ਲਉਂਗੇ ਤਾਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਇੱਦਾਂ ਹਿੱਲਣਗੇ ਜੀ, ਉਹ ਹੌਲੀ ਹੌਲੀ ਹਿਲਦੇ ਹਿਲਦੇ ਜਲ ਤੋਂ ਵੱਖਰੇ ਹੋ ਜਾਂਦੇ ਆ। ਇਹ ਵੀ ਇੱਕ ਨਾਲ ਹੀ ਜਿਹੜੀ ਗੁਰੂ ਸਾਹਿਬ ਜੀ ਦੇ ਸਰੂਪ ਬਿਰਧ ਹੋਣ ਦਾ ਕਾਰਨ ਬਣਦੀ ਆ। ਸੋ ਛੋਟੇ ਛੋਟੇ ਪੁਆਇੰਟ ਆ, ਕੋਈ ਬਾਹਲਾ ਵੱਡਾ ਨਹੀਂ, ਕੋਈ ਇਹਦੇ ਵਿੱਚ ਇੱਦਾਂ ਨਹੀਂ ਹੈਗਾ ਕੋਈ ਜਾਣੀ ਕਿ ਔਖਾ ਹੋਣਾ ਪੈਂਦਾ, ਪਰ ਦੋ ਸੇਵਾਦਾਰ ਘੱਟ ਤੋਂ ਘੱਟ ਗ੍ਰੰਥੀ ਸਿੰਘ ਨਾਲ ਹੋਣੇ ਚਾਹੀਦੇ, ਨਹੀਂ ਤਾਂ ਗੁਰੂ ਘਰਾਂ 'ਚ ਇਕੱਲਾ ਹੀ ਗ੍ਰੰਥੀ ਸਿੰਘ ਹੁੰਦੇ ਆ। ਮੈਂ ਇੱਕ ਚੀਜ਼ ਜਿਹੜੀ ਇੱਥੇ ਆਪਾਂ ਅਸੀਸ 'ਤੇ ਨਹੀਂ ਮਹਾਰਾਜ ਜੀ ਲਏ ਉਹ ਦੱਸਣਾ ਚਾਹੁੰਦਾ ਕਿ ਆਮ ਤੌਰ 'ਤੇ ਗਿਆਨੀ ਸਿੰਘ ਗ੍ਰੰਥੀ ਸਿੰਘ ਕੀ ਕਰਦੇ ਆ, ਅਸੀਸ 'ਤੇ ਤੌਲੀਆ ਰੱਖ ਕੇ ਤਾਂ ਮਹਾਰਾਜ ਜੀ ਲੈਂਦੇ, ਤਾਂ ਆਪ ਇੱਕ ਹੱਥ ਨਾਲ ਲੜ ਇੱਦਾਂ ਕਰਦੇ ਆ। ਬਹੁਤੇ ਥਾਵਾਂ 'ਤੇ ਪਾਵਨ ਸਰੂਪ ਸਤਿਗੁਰ ਸਾਹਿਬ ਜੀ ਦੇ ਉਹਨਾਂ ਦੇ ਸਿਰ ਤੋਂ ਡਿੱਗੇ ਆ, ਇੱਥੇ ਪਾਵਨ ਸਰੂਪ ਆਏ ਵੀ ਜਿਹੜੇ ਵਿੱਚੋਂ ਬਿਲਕੁਲ ਗੁਰੂ ਸਾਹਿਬ ਜੀ ਦੇ ਸਪਾਈਨ ਤੋਂ ਮਹਾਰਾਜ ਜੀ ਦੇ ਸਰੂਪ ਟੁੱਟ ਗਏ ਸੀ। ਸੋ ਬਿਲਕੁਲ ਦੋਨੇ ਹੱਥ ਇਵੇਂ ਹੀ ਮਹਾਰਾਜ ਸਾਹਿਬ ਜੀ ਨੂੰ ਜਿਹੜਾ ਪਾਠੀ ਸਿੰਘ ਗ੍ਰੰਥੀ ਸਿੰਘ ਤਾਬਿਆ ਬੈਠਾ ਉਹਨੇ ਹੱਥ ਰੱਖਣੇ ਆ ਮਹਾਰਾਜ ਜੀ ਦੇ, ਉਹਨੇ ਹੱਥ ਨਹੀਂ ਆਪਣੇ ਚੱਕਣੇ, ਇਹ ਨਾਲ ਦੇ ਸੇਵਾਦਾਰ ਉਹ ਸੇਵਾਵਾਂ ਕਰਨਗੇ। ਸੋ ਇਹ ਚੀਜ਼ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਆਪਾਂ ਦਿਮਾਗ 'ਚ ਰੱਖਾਂਗੇ ਤਾਂ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਕਦੇ ਵਿਰਧ ਹੁੰਦੇ ਨਹੀਂ, ਹੋਣੇ ਨਹੀਂ ਚਾਹੀਦੇ। ਦੂਜੀ ਚੀਜ਼, ਜਦੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਬੈੱਡ ਉੱਪਰ ਪਲੰਘ ਉੱਤੇ ਸਭਾਇਮਾਨ ਹੁੰਦੇ, ਇਹ ਜਿਹੜਾ ਪਾਸਾ ਗੁਰੂ ਸਾਹਿਬ ਜੀ ਦੇ ਸੀਸ ਵਾਲਾ ਪਾਸਾ ਆ, ਜਪਜੀ ਸਾਹਿਬ ਦੇ ਜਦੋਂ ਆਰੰਭਤਾ ਹੁੰਦੀ ਆ, ਇਹ ਸਰਾਣੇ ਵਾਲੇ ਪਾਸੇ ਹੋਣੇ ਚਾਹੀਦੇ ਆ। ਆਹ ਜਿਹੜੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਾਲਾ ਪਾਸਾ ਆ, ਇਹ ਪੌਂਦਾ ਵਾਲੇ ਪਾਸੇ ਨੂੰ ਹੋਣਾ ਚਾਹੀਦਾ। ਇਹਨਾਂ ਚੀਜ਼ਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ। ਇੱਥੇ ਇੱਕ ਉਹ ਮੁੜ ਕੇ ਫਿਰ ਪੁਆਇੰਟ ਆਇਆ ਨਾ ਕਿ ਜਿਹੜੇ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਆ ਉਹਨਾਂ ਲਈ ਇਹ ਰੱਬ ਆ ਗੁਰੂ ਸਾਹਿਬ ਜੀ, ਅਤੇ ਜਿਨ੍ਹਾਂ ਲਈ ਕੁਛ ਵੀ ਨਹੀਂ ਗੁਰੂ ਸਾਹਿਬ ਜੀ ਉਹਨਾਂ ਦੇ ਡਾਂਗ ਨਹੀਂ ਮਾਰਦੇ ਕਿ ਮੈਨੂੰ ਮੰਨੋ। ਸੋ ਇੱਥੇ ਆਪਾਂ ਨੂੰ ਵੱਡੀ ਸਾਡੀ ਇਹ ਬੇਨਤੀ ਹੈ ਕਿ ਆਪਾਂ ਸਾਰੇ ਜਾਣੇ ਸਤਿਗੁਰ ਸਾਹਿਬ ਜੀ ਦਾ ਆਦਰ ਸਤਿਕਾਰ ਕਰੀਏ। ਇਹ ਸਾਡੀ ਆਖਰ 'ਤੇ ਬੇਨਤੀ ਹੈ, ਕਿਤੇ ਵੀ ਆਪ ਜੀ ਦੇ ਘਰਾਂ ਵਿੱਚ ਪੋਥੀ ਸਾਹਿਬ, ਗੋਟਕਾ ਸਾਹਿਬ ਜਾਂ ਸਤਿਗੁਰਾਂ ਦੇ ਪਾਵਨ ਸਰੂਪ ਹੋਣ, ਅਤੇ ਆਪ ਜੀ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉਹਨਾਂ ਨੂੰ ਗੁਰੂ ਸਾਹਿਬ ਗੁਰੂ ਘਰ ਲਿਆਂਦੇ ਜਾਵੇ। ਜੇ ਆਪ ਜੀ ਦੇ ਘਰ ਉੱਦਾਂ ਦਾ ਪ੍ਰਬੰਧ ਹੈ ਤਾਂ ਜ਼ਰੂਰ ਅਸੀਂ ਉੱਥੇ ਸੇਵਾਵਾਂ ਕਰਾਂਗੇ ਜੀ। ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ।